ਸਤਿ ਸ਼੍ਰੀ ਅਕਾਲ ਜੀ ਹੋਮਿਓਪੈਥੀ ਵਿਦ ਡਾਕਟਰ ਚੌਧਰੀ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਡਾਕਟਰ ਇਫਤਿਖਾਰ ਚੌਧਰੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਡਾਕਟਰ ਚੌਧਰੀ ਹੋਮਿਓਪੈਥੀ ਔਰ ਹਰਬਲ ਦਵਾਵਾਂ ਦੇ ਲਈ ਮਸ਼ਹੂਰ ਨੇ ਦਵਾਈਆਂ ਦੇ ਲਈ ਔਰ ਅਸੀਂ ਕਹਿ ਸਕਦੇ ਹਾਂ ਕਿ ਇਸ ਸੈਗਮੈਂਟ ਦੇ ਲਈ ਇਸ ਖੇਤਰ ਦੇ ਵਿੱਚ ਇਹਨਾਂ ਦਾ ਬਹੁਤ ਨਾਮ ਹੈ ਬਹੁਤ ਅੱਛੀ ਗੁੱਡਵਿਲ ਹੈ ਔਰ ਦੂਰ ਦੂਰ ਤੋਂ ਲੋਕ ਆ ਕੇ ਇਹਨਾਂ ਤੋਂ ਇਲਾਜ ਕਰਾਉਂਦੇ ਨੇ ਨਿਊਯਾਰਕ ਦੇ ਜੈਕਸਨ ਹਾਈਟ ਇਲਾਕੇ 'ਚ ਡਾਕਟਰ ਸਾਹਿਬ ਦਾ ਕਲੀਨਿਕ ਹੈ ਡਾਕਟਰ ਇਫਤਿਖਾਰ ਚੌਧਰੀ ਜੀ ਦਾ ਔਰ ਇਹਨਾਂ ਦਾ ਨੰਬਰ ਵੀ ਸਕਰੀਨ ਦੇ ਨੀਚੇ ਚਲਾ ਰਿਹਾ 7183963600 ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਆਪਣੀ ਕਿਸੇ ਵੀ ਚੀਜ਼ ਨੂੰ ਡਿਸਕਸ ਕਰ ਸਕਦੇ ਹੋ ਜੇ ਨਿਊਯਾਰਕ 'ਚ ਹੋ ਜਾਂ ਆਸ ਪਾਸ ਹੋ ਤਾਂ ਤੁਸੀਂ ਇਹਨਾਂ ਦੇ ਕਲੀਨਿਕ 'ਚ ਜਾ ਕੇ ਉਹਨਾਂ ਨੂੰ ਵਿਜ਼ਿਟ ਵੀ ਕਰ ਸਕਦੇ ਹੋ ਡਾਕਟਰ ਚੌਧਰੀ ਜੇ ਸਾਨੂੰ ਕਾਫੀ ਸਾਰੇ ਈਮੇਲਸ ਆਏ ਕਈ ਸਾਰੇ ਲੋਕ ਸਾਨੂੰ ਫੋਨ 'ਤੇ ਕਹਿੰਦੇ ਨੇ ਕਿ ਇਹ ਸਵਾਲ ਅਸੀਂ ਤੁਹਾਨੂੰ ਜ਼ਰੂਰ ਪੁੱਛੀਏ ਇਹ ਹੈਗਾ ਬੇਸਿਕਲੀ ਪੇਨ ਮੈਨੇਜਮੈਂਟ ਇਸ਼ੂ ਕਿ ਬਾਡੀ ਪੇਨ ਨੂੰ ਲੈ ਕੇ ਦਰਦਾਂ ਸ਼ੇਰ 'ਚ ਹੁੰਦੀਆਂ ਪੰਜਾਬੀ 'ਚ ਗਾਣਾ ਹੈ ਕਿ ਛੇੜਨਾ ਇਹਨਾਂ ਦਰਦਾਂ ਨੂੰ ਤਾਂ ਸਾਡੇ ਜਿਹੜੇ ਦਰਸ਼ਕ ਨੇ ਉਹ ਵੀ ਬੜੇ ਦਰਦਾਂ ਨੂੰ ਲੈ ਕੇ ਬੜੇ ਪਰੇਸ਼ਾਨ ਨੇ ਅਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਹੁਤ ਕਾਮਨ ਪ੍ਰੋਬਲਮ ਹੈ ਔਰ ਇਹਦੀ ਦਰਦ ਜਿਹੜਾ ਨਾ ਇੱਕ ਵਜ੍ਹਾ ਹੈ ਜੀ ਕਿਸੇ ਪ੍ਰੋਬਲਮ ਦੀ ਇੱਕ ਸਿਗਨਲ ਹੁੰਦਾ ਹੈ ਜੀ ਅਤੇ ਉਹਨੂੰ ਸਿਰਫ ਪੇਨ ਕਿਲਰ ਖਾ ਕੇ ਉਸ ਸਿਗਨਲ ਨੂੰ ਤੁਸੀਂ ਮਹਿਸੂਸ ਨਾ ਕਰੋ ਅਤੇ ਇਹ ਕੋਈ ਤਰੀਕਾ ਨਹੀਂ ਹੈ ਉਹਦੀ ਵਜ੍ਹਾ ਨੂੰ ਦੇਖੋ ਕਿ ਉਹ ਸਿਗਨਲ ਕਿਉਂ ਆ ਰਿਹਾ ਕਿੱਥੋਂ ਆ ਰਿਹਾ ਅਤੇ ਮੈਂ ਹੈੱਡ ਤੋਂ ਲੈ ਕੇ ਟੋ ਤੱਕ ਤੁਹਾਨੂੰ ਥੋੜ੍ਹੀ ਬਹੁਤ ਇਗਜ਼ਾਮਪਲ ਦੱਸਾਂਗਾ ਕਿ ਸਿਰ ਦਰਦ ਹੋ ਰਿਹਾ ਹੁਣ ਅਗਰ ਤੁਸੀਂ ਸਿਰ ਦਰਦ ਦੀਆਂ ਬਹੁਤ ਸਾਰੀਆਂ ਵਜ੍ਹਾ ਹੁੰਦੀਆਂ ਨੇ ਅਤੇ ਇੱਕ ਤਾਂ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕੋਈ ਵੀ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੁੰਦਾ ਮੈਡੀਕਲ ਪ੍ਰੋਬਲਮ ਅਤੇ ਤੁਸੀਂ ਫਸਟ ਟਾਈਮ ਹੁੰਦਾ ਤਾਂ ਤੁਸੀਂ ਇੱਕ ਵਾਰੀ ਡਾਕਟਰ ਕੋਲ ਜਾ ਕੇ ਚੈੱਕਅਪ ਜ਼ਰੂਰ ਕਰਾ ਲਓ ਹੁਣ ਮੈਂ ਤੁਹਾਨੂੰ ਡਰਾਣੇ ਦੀ ਗੱਲ ਨਹੀਂ ਕਰ ਰਿਹਾ ਬਲਕਿ ਸਿਰ ਦੀ ਗੱਲ ਕੀਤੀ ਔਰ ਅਗਰ ਸਿਰ ਦਰਦ ਹੋ ਰਿਹਾ ਔਰ ਕਈ ਦਫ਼ਾ ਹੁੰਦਾ ਹੈ ਖੁਦਾ ਨਾ ਖਾਸਤਾ ਤੁਹਾਡੇ ਸਿਰ 'ਚ ਟਿਊਮਰ ਹੈ ਮਤਲਬ ਉਹ ਤੁਸੀਂ ਸਮਝ ਰਹੇ ਹੋ ਕਿ ਮਾਈਗ੍ਰੇਨ ਹੋ ਰਿਹਾ ਉਲਟੀਆਂ ਆ ਰਹੀਆਂ ਨੇ ਲਾਈਕ ਦੈਟ ਇਤਨੇ ਲੋਕਾਂ ਨੂੰ ਔਰ ਉਹ ਪੇਨ ਕਿਲਰ ਖਾ ਕੇ ਉਹਨੇ ਇੰਨਾ ਟਾਈਮ ਜ਼ਾਇਆ ਕਰ ਦਿੱਤਾ ਕਿ ਉਹਦੇ 'ਚ ਉਹ ਮਤਲਬ ਬਾਅਦ 'ਚ ਇਲਾਜ ਵੀ ਨਹੀਂ ਹੋ ਸਕਿਆ ਮਤਲਬ ਇੰਨਾ ਅਗਰ ਪ੍ਰੋਬਲਮ ਵੱਧ ਜਾਏ ਤਾਂ ਕਿਉਂਕਿ ਕੋਈ ਵੀ ਪ੍ਰੋਬਲਮ ਵੱਡਾ ਨਹੀਂ ਹੁੰਦਾ ਜਦੋਂ ਤੱਕ ਉਹਨੂੰ ਤੁਸੀਂ ਉਹਨੂੰ ਟਾਈਮ ਦਿੰਦੇ ਰਹੋ ਕਿ ਆਪੇ ਠੀਕ ਹੋ ਜਾਏ ਕੋਈ ਚੀਜ਼ ਆਪੋ ਠੀਕ ਨਹੀਂ ਹੁੰਦੀ ਕੋਈ ਵੀ ਪ੍ਰੋਬਲਮ ਹੈ ਤੁਸੀਂ ਰਾਈਟ ਵੇ ਉਹਨੂੰ ਅਗਰ ਟੇਕ ਕੇਅਰ ਕਰੋਗੇ ਅਗਰ ਤੁਸੀਂ ਕੋਈ ਮਤਲਬ ਮੈਂ ਮਿਸਾਲ ਹਮੇਸ਼ਾ ਦਿੰਦਾ ਟਰੱਕ ਡਰਾਈਵਰਾਂ ਦੀ ਅਤੇ ਉਹ ਜ਼ਰਾ ਈਜ਼ੀਲੀ ਸਮਝ ਜਾਂਦੇ ਜਿਸ ਤਰ੍ਹਾਂ ਗੱਡੀ ਦਾ ਅਗਰ ਟਾਇਰ ਪੈਂਚਰ ਹੋ ਗਿਆ ਤਾਂ ਥੋੜ੍ਹੀ ਜਿਹੀ ਉਹਦੇ 'ਚ ਸੁਰਾਖ ਜਿਹਾ ਹੋ ਗਿਆ ਥੋੜ੍ਹੀ ਥੋੜ੍ਹੀ ਆਵਾਜ਼ ਨਿਕਲ ਰਹੀ ਹੈ ਅਤੇ ਤੁਸੀਂ ਉਹਨੂੰ ਰਾਈਟ ਅਵੇ ਸਟਾਪ ਕਰਕੇ ਉਹਨੂੰ ਉਹਦਾ ਪੈਂਚਰ ਲਵਾ ਕੇ ਤਾਂ ਕਿ ਉਹ ਜ਼ਿਆਦਾ ਪ੍ਰੋਬਲਮ ਨਾ ਹੋਵੇ ਅਗਰ ਉਹ ਨਹੀਂ ਲਵਾਓਗੇ ਅਤੇ ਉਹ ਤੁਸੀਂ ਚੱਲਦੇ ਜਾਓਗੇ ਤਾਂ ਟਾਇਰ ਵੀ ਜਿਹੜਾ ਉਹ ਕੁਝ ਅਰਸੇ ਬਾਅਦ ਉਹ ਉੱਡ ਜਾਂਦਾ ਅਤੇ ਥੱਲੇ ਜਿਹੜੀ ਸਟੱਪਨੀ ਹੈ ਉਹ ਵੀ ਫਿਰ ਚੇਂਜ ਕਰਨੀ ਪੈਂਦੀ ਹੈ ਅਤੇ ਇਸ ਤਰ੍ਹਾਂ ਪ੍ਰੋਬਲਮ ਨੂੰ ਰਾਈਟ ਅਵੇ ਪਕੜੋ ਅੱਛਾ ਅਗਰ ਤੁਹਾਡਾ ਇੱਕ ਵਾਰੀ ਡਾਇਗਨੋਸ ਹੋ ਜਾਏਗਾ ਫਿਰ ਉਸ ਹਿਸਾਬ ਨਾਲ ਤੁਸੀਂ ਇਲਾਜ ਕਰਨਾ ਜਿਹੜਾ ਵੀ ਕਰਨਾ ਅਗਰ ਹੋਮਿਓਪੈਥਿਕ ਕਰਨਾ ਹਰਬਲ ਜਾਂ ਐਲੋਪੈਥਿਕ ਕਰਨਾ ਹੁਣ ਮਾਈਗ੍ਰੇਨ ਹੈਡੇਕ ਹੈ ਟੈਨਸ਼ਨ ਹੈਡੇਕ ਹੈ ਹੁਣ ਅਗਰ ਤੁਸੀਂ ਬਹੁਤ ਜ਼ਿਆਦਾ ਕੰਪਿਊਟਰ 'ਤੇ ਰਹਿ ਰਹੇ ਹੋ ਕੰਮ ਕਰ ਰਹੇ ਹੋ ਤੁਹਾਡੇ ਅੱਖਾਂ 'ਤੇ ਰੋਸ਼ਨੀ ਪੈ ਰਹੀ ਹੈ ਤੁਸੀਂ ਟਰੱਕ ਡਰਾਈਵਰ ਹੋ ਡਰਾਈਵਿੰਗ ਕਰ ਰਹੇ ਹੋ ਰੋਟੀ ਪਾਣੀ ਤੁਸੀਂ ਟਾਈਮ 'ਤੇ ਨਹੀਂ ਖਾ ਰਹੇ ਔਰ ਇੰਨੀ ਰੋਸ਼ਨੀ ਹੈ ਅਗਰ ਉਹ ਅੱਖਾਂ 'ਚ ਪੈ ਰਹੀ ਹੈ ਔਰ ਤੁਹਾਨੂੰ ਭੁੱਖ ਵੀ ਲੱਗੀ ਹੋਈ ਹੈ ਅਤੇ ਉਹਦੇ ਨਾਲ ਵੀ ਤੁਹਾਨੂੰ ਟੈਨਸ਼ਨ ਹੈਡੇਕ ਹੋ ਸਕਦਾ ਅਗਰ ਉਹ ਵਜ੍ਹਾ ਤਾਂ ਤੁਸੀਂ ਰੋਕ ਕੇ ਬ੍ਰੇਕ ਲਓ ਰੋਟੀ ਪਾਣੀ ਖਾਓ ਤੁਹਾਡਾ ਦਰਦ ਠੀਕ ਹੋ ਜਾਏਗਾ ਇਹ ਨਹੀਂ ਕਿ ਤੁਸੀਂ ਪੇਨ ਕਿਲਰ ਖਾਈ ਜਾਓ ਇਸੇ ਤਰ੍ਹਾਂ ਹੀ ਹੈ ਅਗਰ ਤੁਹਾਨੂੰ ਹੈਰੀਡੀਟਰੀ ਫੈਕਟਰ ਹੈ ਮਾਈਗ੍ਰੇਨ ਹੈਡੇਕ ਦੀ ਜਿਹਦੇ ਨਾਲ ਤੁਹਾਨੂੰ ਮਤਲਬ ਕਿ ਰੋਸ਼ਨੀ ਵਿੱਚ ਤੁਹਾਨੂੰ ਸਿਰ ਦਰਦ ਬਹੁਤ ਜ਼ਿਆਦਾ ਹੁੰਦਾ ਹੈ ਜਾਂ ਵੋਮਿਟਿੰਗ ਹੁੰਦੀ ਹੈ ਅਤੇ ਉਹਦੇ ਵਾਸਤੇ ਪੇਨ ਕਿਲਰ ਹੱਲ ਨਹੀਂ ਹੋਮਿਓਪੈਥਿਕ ਹਰਬਲ 'ਚ ਉਹਦੀ ਵਜ੍ਹਾ ਨੂੰ ਟ੍ਰੀਟ ਕੀਤਾ ਜਾਂਦਾ ਤੁਹਾਡੇ ਨਰਵਸ ਸਿਸਟਮ ਨੂੰ ਸਟਰੋਂਗ ਕੀਤਾ ਜਾਂਦਾ ਔਰ ਤੁਹਾਨੂੰ ਪੇਨ ਵਾਸਤੇ ਵੀ ਦਵਾਈ ਦਿੱਤੀ ਜਾਂਦੀ ਹੈ ਔਰ ਇੱਕ ਮਾਲਿਸ਼ ਵੀ ਇੱਕ ਬਹੁਤ ਅੱਛਾ ਤਰੀਕਾ ਹੈ ਸਿਰ ਦਰਦ ਨੂੰ ਪ੍ਰੀਵੈਂਟ ਕਰਨ ਦਾ ਕਿ ਅਗਰ ਤੁਸੀਂ ਸਿਰ ਦੀ ਮਾਲਿਸ਼ ਕਰਦੇ ਹੋ ਆਰਨਿਕਾ ਹੇਅਰ ਆਇਲ ਹੈ ਸਾਡੇ ਕੋਲ ਜਾਂ ਘਰ 'ਚ ਕੋਈ ਬਦਾਮ ਦਾ ਆਇਲ ਹੋਵੇ ਆਲਮੰਡ ਆਇਲ ਹੋਵੇ ਜਾਂ ਜੈਤੂਨ ਦਾ ਤੇਲ ਹੈ ਓਲਿਵ ਆਇਲ ਹੋਵੇ ਅਤੇ ਆਇਲਿੰਗ ਕਰਨੀ ਚਾਹੀਦੀ ਹੈ ਸਿਰ ਨੂੰ ਸਿਰ ਦੇ ਵਾਲਾਂ ਵਾਸਤੇ ਵੀ ਬਹੁਤ ਅੱਛੀ ਹੁੰਦੀ ਹੈ ਆਇਲਿੰਗ ਔਰ ਜਿਹੜਾ ਇੱਥੇ ਮਾਡਰਨ ਲਾਈਫ ਸਟਾਈਲ ਵਿੱਚ ਕਹਿੰਦੇ ਨੇ ਜੀ ਉਹ ਆਇਲ ਹੈ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਦਿਨ ਨੂੰ ਨਹੀਂ ਆਇਲ ਲਾ ਸਕਦੀ ਰਾਤ ਨੂੰ ਬਿਸਤਰ ਖਰਾਬ ਹੋ ਜਾਂਦਾ ਮਤਲਬ ਉਹਨਾਂ ਨੂੰ ਬਿਸਤਰ ਦੀ ਜ਼ਿਆਦਾ ਪਰਵਾਹ ਹੁੰਦੀ ਹੈ ਆਪਣੀ ਬਾਡੀ ਦੀ ਨਹੀਂ ਪਰ ਡਾਕਟਰ ਸਾਹਿਬ ਦੀ ਇੱਕ ਸਲਾਹ ਹੈ ਕਿ ਜਿਹੜਾ ਹਿਊਮਨ ਬਾਡੀ ਹੈ ਇਹ ਵੀ ਇੱਕ ਮਸ਼ੀਨ ਹੈ ਔਰ ਇਹਦੇ ਇਹਦੇ 'ਚ ਵੀ ਜ਼ਰਾ ਜਿਹਾ ਵੀ ਤੁਹਾਨੂੰ ਕੋਈ ਨੁਕਸ ਲਗਾਏ ਜਾਂ ਕੋਈ ਵੀ ਸਿਮਟਮ ਦਿਖਾਈ ਦੇ ਡਾਕਟਰ ਸਾਹਿਬ ਨੂੰ ਜ਼ਰੂਰ ਕੰਸਲਟ ਕਰੋ ਔਰ ਜੇ ਤੁਸੀਂ ਡਾਕਟਰ ਚੌਧਰੀ ਸਾਹਿਬ ਨਾਲ ਸਿੱਧਾ ਕੋਈ ਸਵਾਲ ਕਰਕੇ ਪੁੱਛਣਾ ਚਾਹੁੰਦੇ ਹੋ ਕੋਈ ਗੱਲ ਉਹਨਾਂ ਨੂੰ ਤਾਂ ਸਾਡੇ ਫੋਨ ਨੰਬਰ 7187867522 ਜੋ ਸਕਰੀਨ ਦੇ ਨੀਚੇ ਆ ਰਹੇ ਨੇ ਤੁਸੀਂ ਗੱਲ ਕਰਕੇ ਸਟੂਡੀਓ 'ਚ ਸਿੱਧਾ ਸਵਾਲ ਪੁੱਛ ਸਕਦੇ ਹੋ ਔਰ ਜਿਹੜਾ ਡਾਕਟਰ ਸਾਹਿਬ ਦਾ ਪਰਸਨਲ ਨੰਬਰ ਹੈ 7183963600 ਤੁਸੀਂ ਇਹਦੇ 'ਤੇ ਵੀ ਗੱਲ ਕਰਕੇ ਟੈਕਸਟ ਮੈਸੇਜ ਭੇਜ ਕੇ ਡਾਕਟਰ ਸਾਹਿਬ ਨਾਲ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ ਫੋਨ 'ਤੇ ਦਵਾਈਆਂ ਮੰਗਾ ਸਕਦੇ ਹੋ ਜਿਸ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਵੀ ਸਾਡੇ ਜਿਹੜੇ ਟਰੱਕ ਡਰਾਈਵਰ ਦੇ ਜਿਹੜੇ ਭਰਾ ਜਿਹੜੇ ਸਾਡੇ ਦੁਕਾਨਦਾਰ ਭਰਾ ਨੇ ਉਹ ਸਾਰਾ ਸਾਰਾ ਦਿਨ ਇੱਕੋ ਪੋਸਟ 'ਤੇ ਬੈਠੇ ਰਹਿੰਦੇ ਆ ਦੁਕਾਨ ਆਪਣੀ ਦੁਕਾਨ 'ਤੇ ਅਤੇ ਕਿਤੇ ਸਟੂਲ 'ਤੇ ਕੁਰਸੀ 'ਤੇ ਬੈਠੇ ਰਹੇ 6-6 ਘੰਟੇ 8-8 ਘੰਟੇ ਡਰਾਈਵਿੰਗ ਅਤੇ ਸੀਟ 'ਤੇ ਬੈਠੇ ਰਹੇ ਅਤੇ ਇਹਨਾਂ ਦੇ ਲਈ ਕੋਈ ਖਾਸ ਸੁਨੇਹਾ ਇਹਨਾਂ ਨੂੰ ਕੋਈ ਖਾਸ ਐਡਵਾਈਸ ਔਰ ਇਹਨਾਂ ਦੇ ਲਈ ਕੋਈ ਖਾਸ ਦਵਾਈਆਂ
ਕੀ ਕਹਿਣਾ ਚਾਹੋ? ਬਿਲਕੁਲ, ਇਹਨਾਂ ਵਾਸਤੇ ਕੋਈ ਦੋ ਚਾਰ ਪ੍ਰੋਗਰਾਮ ਚਾਹੀਦੇ ਨੇ ਜੀ ਜੀ, ਲੇਕਿਨ ਪਹਿਲਾਂ ਵੀ ਅਸੀਂ ਗੱਲਬਾਤ ਕੀਤੀ ਹੋਈ ਹੈ, ਲੇਕਿਨ ਟਰੱਕ ਡਰਾਈਵਰਾਂ ਵਾਸਤੇ ਚਾਹੀਦਾ ਹੁੰਦਾ ਕਿ ਜਿਸ ਤਰ੍ਹਾਂ ਉਹ ਅਗਰ ਲੌਂਗ ਡਰਾਈਵਿੰਗ ਕਰਦੇ ਆ ਤਾਂ ਉਹਨਾਂ ਦਾ ਜਿਹੜਾ ਲੋਅਰ ਬਾਡੀ ਦਾ ਪਾਰਟ ਹੈ ਉਹਦੇ 'ਚ ਸਰਕੂਲੇਸ਼ਨ ਜਿਹੜੀ ਹੈ ਉਹ ਘੱਟ ਜਾਂਦੀ ਹੈ ਜੀ, ਔਰ ਬਲੱਡ ਸਰਕੂਲੇਸ਼ਨ ਇਤਨੀ ਜ਼ਰੂਰੀ ਹੁੰਦੀ ਹੈ। ਇਸੇ ਤਰ੍ਹਾਂ ਕਿ ਅਗਰ ਤੁਸੀਂ ਜ਼ਮੀਨ ਨੂੰ ਮਤਲਬ ਪਾਣੀ ਨਾ ਦਿਓ ਤਾਂ ਉਹ ਉੱਥੇ ਮਤਲਬ ਗਰੋਥ ਨਹੀਂ ਹੁੰਦੀ, ਅਤੇ ਇਸੇ ਤਰ੍ਹਾਂ ਹੀ ਹੈ ਸਾਡੇ ਬਾਡੀ ਪਾਰਟ ਨੂੰ ਹਰ ਜਗ੍ਹਾ ਬਲੱਡ ਫਲੋ ਚਾਹੀਦਾ, ਔਰ ਲੱਤਾਂ 'ਚ ਖਾਸ ਤੌਰ 'ਤੇ ਅਗਰ ਤੁਸੀਂ ਬੈਠੇ ਰਹਿੰਦੇ ਹੋ ਤਾਂ ਉਹਦੇ ਵਾਸਤੇ ਚਾਹੀਦਾ ਕਿ ਤੁਸੀਂ ਮਾਲਿਸ਼ ਹਫ਼ਤੇ 2-3 ਵਾਰੀ ਜ਼ਰੂਰ ਕਰਾਇਆ ਕਰੋ, ਨਾਲ ਤੁਸੀਂ ਸਪਲੀਮੈਂਟ ਖਾਇਆ ਕਰੋ ਜਿਹੜੇ ਕਿ ਜਿਸ ਤਰ੍ਹਾਂ ਹੁਣ ਸਾਡੇ ਕੋਲ ਸਰਕੂਲੇਸ਼ਨ ਵਾਸਤੇ ਫਾਰਮੂਲਾ ਹੁੰਦਾ, ਜਾਂ ਜੁਆਇੰਟ ਪੇਨ ਵਾਸਤੇ ਜੁਆਇੰਟ ਫਾਰਮੂਲਾ ਹੁੰਦਾ, ਜਾਂ ਫਿਰ ਇੱਕ ਹੋਰ ਟੈਕਸ ਜਿਹੜੇ ਟੈਕਸੀ ਡਰਾਈਵਰ ਜਾਂ ਬਹਿਣੇ ਦਾ ਕੰਮ ਕਰਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਬਵਾਸੀਰ ਦਾ ਪ੍ਰੋਬਲਮ ਜੀ, ਜਿਹੜਾ ਕਿ ਹੈਮੋਰਾਇਡ ਪਾਇਲਸ ਬਵਾਸੀਰ ਕਹੀ ਜਾਂਦੀ ਹੈ, ਉਹਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਬਹੁਤ ਜ਼ਿਆਦਾ ਦਰਦ ਹੁੰਦਾ, ਬਲੀਡਿੰਗ ਹੁੰਦੀ ਹੈ, ਔਰ ਲੈਟਰਿਨ ਖੁੱਲ੍ਹ ਕੇ ਨਹੀਂ ਆਉਂਦੀ, ਇਹ ਸਾਰੇ ਪ੍ਰੋਬਲਮ ਹੁੰਦੇ ਆ ਜਿਹਦੀ ਵਜ੍ਹਾ ਨਾਲ, ਔਰ ਇਹ ਇੱਕ ਐਸਾ ਪ੍ਰੋਬਲਮ ਹੈ ਕਿ ਜਿਹੜਾ ਲੋਕ ਇਹਦਾ ਇਲਾਜ ਕਰਾਉਂਦੇ ਵੀ ਬਹੁਤ ਟਾਈਮ ਲਾ ਦਿੰਦੇ ਆ, ਈਵਨ ਡਾਕਟਰ ਤੱਕ ਨੂੰ ਨਹੀਂ ਦੱਸਦੇ ਕਿ ਬਾਈ ਸ਼ਰਮ ਦੇ ਮਾਰੇ ਜੀ ਕੀ ਗੱਲ ਕਰੀਏ, ਲੇਕਿਨ ਉਹਦਾ ਇੱਕ ਅੱਜ ਮੈਂ ਤੁਹਾਨੂੰ ਲਾਈਫ ਸਟਾਈਲ ਚੇਂਜ ਕਰਨ ਦੇ ਬਾਰੇ 'ਚ ਦੱਸਾਂਗਾ ਕਿ ਕੀ ਕਰਨਾ ਚਾਹੀਦਾ। ਇੱਕ ਤਾਂ ਜਿਹਨਾਂ ਲੋਕਾਂ ਨੂੰ ਅਮੂਮਨ ਬਵਾਸੀਰ ਹੁੰਦੀ ਰਹਿੰਦੀ ਹੈ ਉਹਨਾਂ ਨੂੰ ਚਾਹੀਦਾ ਕਿ ਆਪਣੀ ਕਬਜ਼ ਦਾ ਖਿਆਲ ਰੱਖਣ, ਕਾਂਸਟੀਪੇਸ਼ਨ ਜਿਹੜੀ ਹੈ ਉਹ ਵੈਸੇ ਵੀ ਅਸੀਂ ਕਹਿੰਦੇ ਹਾਂ ਕਿ ਬਿਮਾਰੀਆਂ ਦੀ ਮਦਰ ਹੈ, ਅਤੇ ਖਾਸ ਤੌਰ 'ਤੇ ਜਿਹਨਾਂ ਨੂੰ ਬਵਾਸੀਰ ਦਾ ਪ੍ਰੋਬਲਮ ਹੈ ਉਹ ਹੁੰਦੀ ਕਬਜ਼ ਦੀ ਵਜ੍ਹਾ ਨਾਲ ਹੈ, ਔਰ ਦੂਸਰਾ ਫਿਰ ਇੱਕ ਜਿਹੜੇ ਮਸਾਲੇ ਜ਼ਿਆਦਾ ਖਾਣੇ ਜਿਹੜੀਆਂ ਚੀਜ਼ਾਂ ਮਸਾਲੇ ਜਾਂ ਮੀਟ ਵਗੈਰਾ ਜ਼ਿਆਦਾ ਖਾਣਾ ਉਹਦੇ ਨਾਲ ਤੁਹਾਨੂੰ ਹੋਰ ਕਬਜ਼ ਹੁੰਦੀ ਹੈ, ਉਸ ਏਰੀਏ 'ਚ ਇਨਫਲੇਮੇਸ਼ਨ ਹੋ ਜਾਂਦੀ ਹੈ, ਉੱਧਰ ਜਲਨ ਹੁੰਦੀ ਹੈ, ਬੈਠਿਆ ਨਹੀਂ ਜਾਂਦਾ, ਦਰਦ ਹੁੰਦਾ, ਅਤੇ ਉਹਦੇ ਵਾਸਤੇ ਹੋਮਿਓਪੈਥਿਕ ਹਰਬਲ ਦਾ ਜਿਹੜਾ ਇਲਾਜ ਹੈ ਉਹ ਬਹੁਤ ਹੀ ਅੱਛਾ ਹੁੰਦਾ, ਉਹਦੇ 'ਚ ਅਸੀਂ ਕੁਝ ਕਰੀਮ ਵਗੈਰਾ ਲਾਉਣ ਵਾਸਤੇ ਵੀ ਰੈਕਮੈਂਡ ਕਰਦੇ ਹਾਂ, ਉਸ ਤੋਂ ਇਲਾਵਾ ਉਹਨਾਂ ਨੂੰ ਖਾਣ ਵਾਸਤੇ ਜਿਹੜੀ ਦਿੰਦੇ ਹਾਂ ਦਵਾਈ ਉਹ ਉਹਨਾਂ ਦੇ ਅੰਦਰ ਨੂੰ ਸਿਸਟਮ ਨੂੰ ਕਲੀਨ ਕਰਦੀ ਹੈ, ਔਰ ਉਸ ਹਿੱਸੇ 'ਚ ਜਿਹੜੀ ਇਨਫਲੇਮੇਸ਼ਨ ਹੈ ਬਲੀਡਿੰਗ ਹੈ ਉਹ ਮਤਲਬ ਉਹਦੇ 'ਚ ਦੋ ਮਤਲਬ ਦਿਨਾਂ 'ਚ ਆਰਾਮ ਆਉਂਦਾ ਹੈ। ਬਿਲਕੁਲ, ਅਤੇ ਜਿਹੜਾ ਇਹ ਕਿਹਾ ਜਾਂਦਾ ਜੀ ਹਰਬਲ ਔਰ ਹੋਮਿਓਪੈਥੀ ਦੀਆਂ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਇਹ ਜੜ ਤੱਕ ਉਖਾੜ ਦਿੰਦੀਆਂ ਜਿਹੜੀ ਬਿਮਾਰੀ ਦੇ, ਜੜ ਤੱਕ ਇਲਾਜ ਹੁੰਦਾ, ਵੀ ਇਹ ਨਹੀਂ ਕਿ ਪੇਨ ਕਿਲਰ ਖਾਧਾ ਅੱਧੇ ਪੌਣੇ ਘੰਟੇ ਵਾਸਤੇ ਆਰਾਮ ਆ ਗਿਆ। ਬਿਲਕੁਲ, ਅਤੇ ਇਸ ਸੈਗਮੈਂਟ ਵਾਸਤੇ ਕੋਈ ਖਾਸ ਦਵਾਈਆਂ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਨਾਮ 2-4 ਦੱਸ ਦਿਓ ਜਿਹੜੀ ਦਵਾਈਆਂ ਖਾਸ? ਕੋਈ ਨਾ, ਹੈਮੋਰਾਇਡ ਵਾਸਤੇ ਜਿਹੜਾ ਹੈਮੋਰਾਇਡ ਫਾਰਮੂਲਾ ਹੈ, ਹੈਮੋਸਾਨ ਟੈਬਲੇਟਸ ਨੇ ਜਿਹੜੀਆਂ ਕਿ ਹਰਬਲ ਔਰ ਹੋਮਿਓਪੈਥਿਕ ਦਵਾਈਆਂ ਨੇ ਜਿਹੜੀਆਂ ਬਵਾਸੀਰ ਵਾਸਤੇ, ਔਰ ਉਸ ਤੋਂ ਇਲਾਵਾ ਕਰੀਮ ਵਗੈਰਾ ਹੁੰਦੀ ਹੈ, ਪਲੱਸ ਬਲੱਡ ਸਰਕੂਲੇਸ਼ਨ ਵਾਸਤੇ ਥੈਰਾ ਆਇਲ ਹੁੰਦਾ ਮਾਲਿਸ਼ ਕਰਨ ਵਾਸਤੇ, ਔਰ ਇਹ ਚੀਜ਼ਾਂ ਨੇ ਤੁਸੀਂ ਅਗਰ ਇਹ ਤੁਹਾਨੂੰ ਪ੍ਰੋਬਲਮ ਨਹੀਂ ਵੀ ਹੈ ਤਾਂ ਉਹਨੂੰ ਪ੍ਰੀਵੈਂਟ ਕਰਨ ਵਾਸਤੇ ਤੁਸੀਂ ਕਰ ਸਕਦੇ ਹੋ, ਔਰ ਜਦੋਂ ਤੁਸੀਂ ਸ਼ਾਵਰ ਲੈਂਦੇ ਹੋ ਟੱਬ 'ਚ ਗਰਮ ਪਾਣੀ ਕਰਕੇ ਬੈਠਿਆ ਕਰੋ 5-10 ਮਿੰਟ, ਉਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਰਕ ਪਏਗਾ ਅਗਰ ਤੁਹਾਨੂੰ ਬਵਾਸੀਰ ਦਾ ਪ੍ਰੋਬਲਮ ਹੁੰਦਾ ਰਹਿੰਦਾ, ਅਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਨਾ ਖਾਓ, ਫਰੂਟ ਵੈਜੀਟੇਬਲ ਖਾਇਆ ਕਰੋ, ਪਾਣੀ ਦਾ ਇਸਤੇਮਾਲ ਜ਼ਿਆਦਾ। ਇਹ ਕਿਡਨੀ ਸਟੋਨ ਬਹੁਤ ਵੱਡਾ ਪ੍ਰੋਬਲਮ ਹੈ ਜਿਹੜੇ ਲੋਕ ਗੱਡੀ ਚਲਾਉਂਦੇ ਨੇ, ਔਰ ਉਹ ਕਹਿੰਦੇ ਜੀ ਡਾਕਟਰ ਸਾਹਿਬ ਮੈਨੂੰ ਟਾਈਮ ਹੀ ਨਹੀਂ ਮਿਲਦਾ ਪਾਣੀ, ਅਤੇ ਮੈਂ ਪੀ ਲਾਂ ਲੇਕਿਨ ਮੈਂ ਬਾਥਰੂਮ ਕਿੱਥੇ ਜਾਊਂਗਾ? ਜੀ ਜੀ ਜੀ, ਅਤੇ ਉਹ ਇਹ ਵਜ੍ਹਾ ਕਰਕੇ ਪਾਣੀ ਨਹੀਂ ਪੀਂਦੇ, ਪਾਣੀ ਨਾ ਪੀ ਕੇ ਇੰਨੀਆਂ ਬਿਮਾਰੀਆਂ ਹੁੰਦੀਆਂ ਜਿਹਦਾ ਕੋਈ ਹਿਸਾਬ ਨਹੀਂ, ਜਿਹਦੇ 'ਚ ਕਿਡਨੀ ਸਟੋਨ ਸਭ ਤੋਂ ਜ਼ਿਆਦਾ, ਪਿਸ਼ਾਬ 'ਚ ਜਲਨ, ਔਰ ਗਾਲ ਸਟੋਨ ਵੀ ਜਿਹੜੇ ਹੁੰਦੇ ਨੇ, ਪਿੱਤੇ ਦੀ ਪੱਥਰੀ ਵੀ ਇਹੀ ਵਜ੍ਹਾ ਹੁੰਦੀ ਹੈ ਬਹੁਤ ਜ਼ਿਆਦਾ, ਕਿ ਤੁਸੀਂ ਪਾਣੀ ਅਗਰ ਲਿਕੁਇਡ ਨਹੀਂ ਪੀਓਗੇ ਤੁਹਾਡੀ ਸਿਸਟਮ ਤੁਹਾਡਾ ਜਿਹੜਾ ਕਲੀਨ ਅਪ ਨਹੀਂ ਹੁੰਦਾ, ਅਤੇ ਅਗਰ ਪਾਣੀ ਇਸੇ ਵਾਸਤੇ ਕਹੀਦਾ ਕਿ 7-8 ਗਲਾਸ ਪਾਣੀ ਪੀਣਾ ਚਾਹੀਦਾ ਤੁਹਾਨੂੰ, ਭਾਵੇਂ ਜਿੱਥੇ ਵੀ ਬਾਥਰੂਮ ਜਾਣਾ ਪਵੇ ਬਸ ਜਾਓ, ਲੇਕਿਨ ਪਾਣੀ ਪੀਣਾ ਸ਼ੁਰੂ ਕਰੋ ਤਾਂ ਕਿ ਤੁਹਾਡੀ ਬਾਡੀ ਸਹੀ ਫੰਕਸ਼ਨ ਕਰੇ। ਔਰ ਦੂਸਰੇ ਭਾਈ ਜਿਹੜੇ ਲੋਕ ਸਾਡੇ ਡਰਿੰਕਸ ਕਰਦੇ ਨੇ, ਅਲਕੋਹਲ ਦਾ ਇਸਤੇਮਾਲ ਕਰਦੇ ਨੇ, ਅਤੇ ਕੁਝ ਲਿਵਰ ਵਾਸਤੇ ਵੀ ਲੈਂਦੇ ਰਹਿਣਾ ਚਾਹੀਦਾ ਉਹਨਾਂ ਨੂੰ, ਕਿਉਂਕਿ ਲਿਵਰ ਜਿਹੜਾ ਇੱਕ ਬਾਡੀ ਦੀ ਜਿਹੜੀ ਲੈਬੋਰਟਰੀ ਹੈ, ਜੀ ਜੀ, ਅਗਰ ਲਿਵਰ ਸਹੀ ਰਹੇਗਾ ਤਾਂ ਬਹੁਤ ਸਾਰੀਆਂ ਚੀਜ਼ਾਂ ਬੰਦੇ ਦੇ ਸਾਰੇ ਫੰਕਸ਼ਨ ਸਹੀ ਰਹਿੰਦੇ ਨੇ। ਔਰ ਅਗਰ ਤੁਸੀਂ ਡਰਿੰਕ ਕਰੋਗੇ, ਸਮੋਕ ਕਰੋਗੇ, ਡਰੱਗਸ ਲਓਗੇ, ਸਾਰਾ ਤੁਹਾਡਾ ਬਾਡੀ ਜਿਹੜੀ ਹੈ ਉਹ ਟੌਕਸਿਨ ਨਾਲ ਫੁੱਲ ਹੋ ਜਾਂਦੀ ਹੈ, ਜਿਹਦੇ ਵਿੱਚ ਲੰਗਸ ਵੀ, ਜਿਸ ਤਰ੍ਹਾਂ ਸਿਗਰਟ ਜਿਹੜੇ ਲੋਕ ਪੀਂਦੇ ਨੇ ਜਾਂ ਹੋਰ ਡਰੱਗਸ ਇਨਹੇਲ ਕਰਦੇ ਨੇ, ਉਹ ਲੰਗਸ ਦਾ ਵੀ ਬੇੜਾ ਗਾਰਾ, ਲਿਵਰ ਦਾ ਵੀ, ਅਤੇ ਅਗਰ ਉਹ ਤੁਸੀਂ ਕਰ ਰਹੇ ਹੋ, ਇੱਕ ਤਾਂ ਛੁਡਾਉਣੇ ਵਾਸਤੇ ਵੀ ਸਾਡੇ ਕੋਲ ਹੋਮਿਓਪੈਥਿਕ ਹਰਬਲ ਦਵਾਈਆਂ ਹੁੰਦੀਆਂ ਨੇ ਕਿ ਜਿਹੜੇ ਤੁਸੀਂ ਉਹਨਾਂ ਚੀਜ਼ਾਂ ਨੂੰ ਛੱਡ ਸਕਦੇ ਹੋ, ਡਰੱਗਸ ਨੂੰ ਜੋ ਵੀ ਇਸਤੇਮਾਲ ਕਰਦੇ ਹੋ, ਅਤੇ ਆਪਣਾ ਟੇਕ ਕੇਅਰ ਵੀ ਕਰੋ। ਅਗਰ ਤੁਸੀਂ ਡਰਿੰਕ ਕਰਦੇ ਹੋ ਜਾਂ ਡਰੱਗਸ ਲੈਂਦੇ ਹੋ, ਤੁਸੀਂ ਆਪਣੇ ਲਿਵਰ ਦੇ ਵਾਸਤੇ ਵੀ ਕੁਝ ਨਾ ਕੁਝ ਸਪਲੀਮੈਂਟ ਲੈਂਦੇ ਰਹੋ ਤਾਂ ਕਿ ਤੁਹਾਡੇ ਪ੍ਰੋਬਲਮ ਤੋਂ ਬਚੇ ਰਹੋ। ਜੀ 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 ਜੀ, ਸਾਡੇ ਵਿਊਅਰਸ ਨੇ ਉਹਨਾਂ ਦਾ ਬਹੁਤ ਵੱਡਾ ਇੱਕ ਸੈਗਮੈਂਟ ਹੈ ਜੀ, ਜਿਹੜਾ ਬਾਡੀ ਪੇਨ ਦਾ ਸ਼ਿਕਾਰ ਅਸੀਂ ਕਹਿ ਸਕਦੇ ਹਾਂ, ਉਹਦੀ ਸਭ ਤੋਂ ਮੇਨ ਵਜ੍ਹਾ ਜੋ ਹੈਗੀ ਹੈ, ਮੈਂ ਕਹਿੰਦਾ ਜ਼ਿਆਦਾ ਤੋਂ ਜ਼ਿਆਦਾ ਕੰਪਿਊਟਰ ਦਾ ਇਸਤੇਮਾਲ, ਜਦੋਂ ਬਿਸਤਰ 'ਤੇ ਵੀ ਬੈਠੇ ਤਦ ਵੀ ਲੈਪਟਾਪ ਲੈ ਕੇ ਬੈਠੇ, ਮੋਬਾਈਲ ਫੋਨ 'ਤੇ 3-3, 4-4 ਘੰਟੇ ਬਹਿ ਕੇ ਫਿਲਮਾਂ ਦੇਖੀਆਂ, ਉਸ ਤੋਂ ਬਾਅਦ ਰਾਤੀ 2-3 ਵਜੇ ਤੱਕ ਫਿਲਮ ਦੇਖ ਕੇ 2-3 ਘੰਟੇ ਸੁੱਤੇ, ਇਹ ਜਿਹੜੇ ਇਹਨਾਂ ਨੂੰ ਕੀ ਕਹਿਣਾ ਚਾਹੋਗੇ?
ਉਹਨਾਂ ਨੂੰ ਅੱਗੇ ਵੀ ਗੱਲ ਕੀਤੀ ਸੀ ਅਸੀਂ ਅਤੇ ਇਹ ਕਿ ਦੇਖੋ ਰੈਸਟ ਇਜ਼ ਦਾ ਬੈਸਟ ਪੋਲਿਸੀ ਆਈ ਸੇ ਕਿ ਰੈਸਟ ਬਹੁਤ ਜ਼ਰੂਰੀ ਹੈ ਤੁਸੀਂ ਫਿਲਮ ਕਰ ਦੇਖਦੇ ਹੋ ਕਿ ਮਜ਼ਾ ਲੈਣ ਵਾਸਤੇ ਰਾਈਟ ਤੁਸੀਂ ਇੰਟਰਟੇਨ ਹੁੰਦੇ ਹੋ ਲੇਕਿਨ ਅਗਰ ਤੁਸੀਂ ਅੱਖਾਂ ਨੂੰ ਪਾੜ ਪਾੜ ਕੇ ਔਰ ਨੀਂਦ ਨਾ ਕਰਕੇ ਇੰਟਰਟੇਨਮੈਂਟ ਹੈ ਤਾਂ ਕੋਈ ਇੰਟਰਟੇਨਮੈਂਟ ਨਹੀਂ ਹੈ ਆਪਣੀ ਬਾਡੀ ਨੂੰ ਰੈਸਟ ਕਰੋ ਉਹਦੇ ਨਾਲ ਤੁਹਾਡੀ ਸਪੈਸ਼ਲੀ ਅੱਜ ਕੱਲ੍ਹ ਕਾਫੀ ਜਿਸ ਤਰ੍ਹਾਂ ਪ੍ਰੋਬਲਮਸ ਹੁੰਦੇ ਆ ਈਵਨ ਯੰਗ ਲੋਕ ਵੀ ਮਿਡਲ ਏਜ ਵੀ ਹਸਬੈਂਡ ਵਾਈਫ ਦੇ ਜਿਹੜੇ ਰਿਲੇਸ਼ਨਸ਼ਿਪ ਹੈ ਦੀ ਵਜ੍ਹਾ ਨਾਲ ਖਰਾਬ ਹੋ ਰਹੇ ਨੇ ਕਿ ਉਹ ਸ਼ਿਕਾਇਤ ਇਹ ਹੁੰਦੀ ਹੈ ਕਿ ਡਾਕਟਰ ਸਾਹਿਬ ਹੈ ਤਾਂ ਫੋਨ 'ਤੇ ਲੈ ਕੇ ਬਹਿ ਜਾਂਦੇ ਨੇ ਸਾਰੀ ਰਾਤ ਫੋਨ 'ਤੇ ਨਾਲ ਹੀ ਲੱਗੇ ਰਹਿੰਦੇ ਨੇ ਅਤੇ ਆਪਣੀ ਵਾਈਫ ਨੂੰ ਵੀ ਟਾਈਮ ਦਿਓ ਆਪਣੀ ਪਰਸਨਲ ਲਾਈਫ ਨੂੰ ਵੀ ਇਨਹੈਂਸ ਕਰੋ ਔਰ ਉਹਦੇ ਵਾਸਤੇ ਕੁਝ ਸਪਲੀਮੈਂਟਸ ਵਗੈਰਾ ਵੀ ਹੁੰਦੇ ਹੈ ਮਤਲਬ ਜਿਹੜੇ ਕਿ ਟੋਨਿਕ ਟਾਈਪ ਚੀਜ਼ਾਂ ਹੁੰਦੀਆਂ ਨੇ ਜਿਹੜੇ ਤੁਹਾਡੇ ਅਗਰ ਹਾਰਮੋਨ ਦੀ ਕਮੀ ਹੈ ਤੁਹਾਨੂੰ ਵੀਕਨੈਸ ਹੁੰਦੀ ਹੈ ਜਾਂ ਕੋਈ ਪ੍ਰੋਬਲਮ ਹੈ ਅਤੇ ਉਹ ਵੀ ਡਿਸਕਸ ਕਰਕੇ ਅਸੀਂ ਰੈਕਮੈਂਡ ਦਵਾਈ ਕਰ ਸਕਦੇ ਹਾਂ ਲੇਕਿਨ ਆਪਣੇ ਹਸਬੈਂਡ ਵਾਈਫ ਨੂੰ ਇੱਕ ਦੂਜੇ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ ਔਰ ਇਹ ਫੋਨ ਤੋਂ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਫੋਨ ਦਾ ਇਸਤੇਮਾਲ ਜਿਹੜਾ ਹੈ ਬਹੁਤ ਜ਼ਿਆਦਾ ਪ੍ਰੋਬਲਮ ਕਰ ਰਿਹਾ ਜਿਹਦੇ 'ਚ ਅੱਖਾਂ ਤੋਂ ਲੈ ਕੇ ਹੱਥਾਂ 'ਚ ਔਰ ਦਿਮਾਗੀ ਟੈਨਸ਼ਨ ਸਟ੍ਰੈਸ ਅਗਰ ਨੀਂਦ ਨਹੀਂ ਪੂਰੀ ਕਰੋਗੇ ਤੁਹਾਨੂੰ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਕੰਨਾਂ 'ਚੋਂ ਤੁਸੀਂ ਏਅਰ ਪਲੱਗ ਲਾ ਲਾ ਕੇ ਕੰਨਾਂ ਦੀ ਬਿਨਾਈ ਜਿਹੜੀ ਹੈ ਨਾ ਅੱਖਾਂ ਦੀ ਬਿਨਾਈ ਕੰਨਾਂ ਦੀ ਸੁਣਾਈ ਬਹੁਤ ਘੱਟ ਗਈ ਹੈ ਬੱਚਿਆਂ ਨੂੰ ਖਾਸ ਤੌਰ 'ਤੇ ਇਹ ਪ੍ਰੋਬਲਮ ਆ ਰਿਹਾ ਕਿ ਉਹ ਹਰ ਵੇਲੇ ਉਹ ਕੰਨਾਂ 'ਚ ਲਾਈ ਰੱਖਦੇ ਹਰ ਵੇਲੇ ਮਿਊਜ਼ਿਕ ਲੱਗਾ ਹੁਣ ਇੱਕ ਚੀਜ਼ ਹੈ ਉਹਨੂੰ ਕੁਝ ਰੈਸਟ ਵੀ ਚਾਹੀਦਾ ਨਾ ਮਤਲਬ ਇੱਕ ਗੱਡੀ ਹੈ ਤੁਸੀਂ ਅਗਰ ਉਹਨੂੰ ਆਨ ਕਰ ਦਿਓ ਰਾਤ ਨੂੰ ਅਤੇ ਸੁਬਾਹ ਤੁਹਾਡਾ ਉਹਦਾ ਇੰਜਨ ਬਰਨ ਹੋ ਜਾਏਗਾ ਅਤੇ ਵਟ ਅਬਾਊਟ ਯੋਰ ਬਾਡੀ ਤੁਸੀਂ ਕੰਮ ਵੀ ਕਰਦੇ ਹੋ ਫਿਜ਼ੀਕਲ ਵੀ ਉਹਦੇ ਬਾਅਦ ਮੈਂਟਲ ਉਹਦੇ ਬਾਅਦ ਫਿਰ ਰੈਸਟ ਨਹੀਂ ਕਰਨਾ ਕਿਉਂਕਿ 7-8 ਘੰਟੇ ਨੀਂਦ ਬਹੁਤ ਜ਼ਰੂਰੀ ਹੈ ਅਗਰ ਇਹ ਨਹੀਂ ਕਰੋਗੇ ਤੁਸੀਂ ਆਪਣੀ ਪ੍ਰੋਬਲਮ ਨੂੰ ਇਨਵਾਈਟ ਕਰ ਰਹੇ ਹੋ ਔਰ 90% ਅੱਜ ਕੱਲ੍ਹ ਜਿਹੜੀਆਂ ਬਿਮਾਰੀਆਂ ਨੇ ਉਹ ਆਪਣੇ ਮੈਂ ਪੰਜਾਬੀ 'ਚ ਕਹਿੰਦਾ ਆਪਣੇ ਕਰਤੂਤਾਂ ਦੀ ਵਜ੍ਹਾ ਨਾਲ ਨੇ ਮਤਲਬ ਅਤੇ ਉਹ ਚੀਜ਼ਾਂ ਨੂੰ ਕਰੈਕਟ ਕਰੋ ਅਤੇ ਤਾਂ ਕਿ ਸਿਹਤਮੰਦ ਰਹੋ ਸਾਡਾ ਕੰਮ ਜ਼ਿਆਦਾ ਇਹ ਹੀ ਹੁੰਦਾ ਪ੍ਰੀਵੈਂਸ਼ਨ ਮਤਲਬ ਅਗਰ ਤੁਸੀਂ ਖੁਦਾ ਨਾ ਖਾਸਤਾ ਐਮਰਜੈਂਸੀ ਹੈ ਤੁਸੀਂ ਮਤਲਬ 911 ਕਾਲ ਕਰਕੇ ਤੁਸੀਂ ਹਸਪੀਟਲ ਪਹੁੰਚਣਾ ਤੁਸੀਂ ਹੋਮਿਓਪੈਥਿਕ ਦਵਾਈ ਉਸ ਵੇਲੇ ਨਹੀਂ ਖਾਣੀ ਲੇਕਿਨ ਤੁਸੀਂ ਅਗਰ ਆਪਣੀ ਸਿਹਤ ਦਾ ਖਿਆਲ ਰੱਖਦੇ ਹੋ ਜਾਂ ਆਪਣੇ ਟੋਨਿਕ ਵਗੈਰਾ ਇਸਤੇਮਾਲ ਕਰੋ ਆਪਣੇ ਹਰ ਬਾਡੀ ਪਾਰਟ ਦਾ ਟੇਕ ਕੇਅਰ ਕਰੋ ਜਿਹਦੇ 'ਚ ਮੈਂ ਹੁਣ ਦੇਖ ਰਿਹਾ ਸੀ ਸਾਡੇ ਬੈਕਗਰਾਊਂਡ 'ਚ ਪ੍ਰੋ ਹਾਰਟ ਬੋਟਲ ਮੈਨੂੰ ਨਜ਼ਰ ਆਈ ਹੈ ਅਤੇ ਹਾਰਟ ਦਾ ਬਹੁਤ ਜ਼ਿਆਦਾ ਪ੍ਰੋਬਲਮ ਹੈ ਔਰ ਜਿਹਦੀ ਵਜ੍ਹਾ ਨਾਲ ਕੀ ਹੈ ਕਿ ਬਲੱਡ ਸਰਕੂਲੇਸ਼ਨ ਇਫੈਕਟ ਹੁੰਦੀ ਹੈ ਤੁਹਾਡੀ ਹਾਰਟ ਦੀ ਆਰਟਰੀਜ਼ ਬਲੋਕ ਹੋ ਜਾਂਦੀਆਂ ਨੇ ਹਾਰਟ ਨੂੰ ਵੀ ਚਾਹੀਦਾ ਬਲੱਡ ਤਾਂ ਕਿ ਉਹ ਪੂਰੀ ਤਰ੍ਹਾਂ ਕੰਮ ਕਰੇ ਅਗਰ ਉਹਦੀਆਂ ਖੂਨ ਦੀਆਂ ਨਾਲੀਆਂ ਜਿਹੜੀਆਂ ਨੇ ਉਹ ਬਲੋਕ ਹੋ ਜਾਂਦੀਆਂ ਅਤੇ ਤੁਹਾਨੂੰ ਹਾਰਟ ਅਟੈਕ ਹੁੰਦਾ ਔਰ ਅਕਸਰ ਲੋਕ ਜਦੋਂ ਹਾਰਟ ਅਟੈਕ ਹੁੰਦਾ ਫਿਰ ਹੀ ਡਾਕਟਰ ਕੋਲ ਜਾਂਦੇ ਆ ਫਿਰ ਹੀ ਹਸਪੀਟਲ ਪਹੁੰਚਦੇ ਉਸ ਤੋਂ ਪਹਿਲਾਂ ਚਾਹੀਦਾ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਇਸਤੇਮਾਲ ਕਰੋ ਤਾਂ ਕਿ ਤੁਹਾਡੇ ਹਾਰਟ ਦੀਆਂ ਆਰਟਰੀਜ਼ ਕਲੀਨ ਰਹਿਣ ਉਹ ਪ੍ਰੋ ਹਾਰਟ ਇਜ਼ ਵੈਰੀ ਗੁੱਡ ਸਿੰਪਲ ਜਿੰਜਰ ਗਾਰਲਿਕ ਵਗੈਰਾ ਹੁੰਦਾ ਹੈ ਉਹਦੇ 'ਚ ਕੋਈ ਡਰੱਗਜ਼ ਨਹੀਂ ਹੁੰਦੀਆਂ ਜਿਹੜੀਆਂ ਵੀ ਹੋਮਿਓਪੈਥਿਕ ਹਰਬਲ ਸਾਡੀਆਂ ਦਵਾਈਆਂ ਨੇ ਉਹ ਇਜ਼ ਅ ਫੂਡ ਸਪਲੀਮੈਂਟ ਨੇ ਅਤੇ ਉਹਦਾ ਕੋਈ ਨੁਕਸਾਨ ਨਹੀਂ ਹੈ ਤੁਹਾਨੂੰ ਫਾਇਦਾ ਹੀ ਹੈ ਔਰ ਉਹ ਕਰਨਾ ਚਾਹੀਦਾ ਔਰ ਆਪਣੇ ਹੱਡੀਆਂ ਵਾਸਤੇ ਸਪਲੀਮੈਂਟ ਲੈਣੇ ਚਾਹੀਦੇ ਨੇ ਜਾਂ ਅੱਖਾਂ ਵਾਸਤੇ ਆਈ ਡਰੋਪਸ ਇਸਤੇਮਾਲ ਕਰਨੇ ਚਾਹੀਦੇ ਨੇ ਵਾਲ ਗਿਰਨੇ ਦਾ ਬਹੁਤ ਜ਼ਿਆਦਾ ਪ੍ਰੋਬਲਮ ਹੈ ਲੋਕਾਂ ਨੂੰ ਉਹਦੇ ਵਾਸਤੇ ਆਰਨੀਕਾ ਹੇਅਰ ਆਇਲ ਇਸਤੇਮਾਲ ਕਰਨਾ ਚਾਹੀਦਾ ਔਰ ਇਹ ਵੇਟ ਨਹੀਂ ਕਰਨਾ ਕਿ ਜਦੋਂ ਤੁਸੀਂ ਗੰਜੇ ਹੋ ਜਾਓ ਫਿਰ ਆਓ ਜੀ ਡਾਕਟਰ ਸਾਹਿਬ ਕੀ ਇਲਾਜ ਕੀਤਾ ਫਿਰ ਮੈਂ ਇਹੀ ਦੱਸਦਾ ਕਿ ਦੁਆ ਕਰੋ ਉਹ ਜਿਹੜੇ ਹੈ ਨੇ ਉਹਨਾਂ ਨੂੰ ਬਚਾ ਲਓ ਅਤੇ ਉਹ ਅਤੇ ਜਿਸ ਤਰ੍ਹਾਂ ਅਸੀਂ ਕੰਪਿਊਟਰ ਦੀ ਵੀ ਗੱਲ ਕਰ ਰਹੇ ਹਾਂ ਮੋਬਾਈਲ ਫੋਨ ਦੀ ਗੱਲ ਕੀਤੀ ਜਿਹੜੇ ਸਾਡੇ ਯੰਗ ਜਨਰੇਸ਼ਨ ਹੈ ਬੱਚੇ ਨੇ ਜਿਹੜੇ ਟੀਨੇਜਰਸ ਵੀ ਨੇ ਇਹ ਮੈਂ ਦੇਖਿਆ ਕਿ ਕਈ ਕਈ ਇੱਕੋ ਬਾਡੀ ਪੋਸਟ ਜਿਹੜਾ ਬਾਡੀ ਪੋਸਚਰ ਹੁੰਦਾ ਬੈਠਣ ਦਾ ਉਹ ਵੀ ਠੀਕ ਨਹੀਂ ਹੈ ਕਈ ਸੋਫੇ 'ਤੇ ਉਲਟਾ ਲੇਟ ਕੇ ਤਿੰਨ ਤਿੰਨ ਚਾਰ ਚਾਰ ਘੰਟੇ ਮੋਬਾਈਲ 'ਤੇ ਫੋਨ ਦੇਖਦੇ ਰਹੇ ਜਾਂ ਟੀ ਵੀ ਦੇਖਦੇ ਰਹੇ ਅਤੇ ਇਹਦੇ ਨਾਲ ਗੂਗਲ 'ਤੇ ਪੜ੍ਹ ਰਹੇ ਸੀ ਕਈ ਨਵੀਆਂ ਤਰ੍ਹਾਂ ਦੀ ਪੇਨ ਸ਼ੁਰੂ ਹੋ ਗਈਆਂ ਮਸਲਸ ਦੇ ਉਂਗਲੀਆਂ 'ਤੇ ਮੋਢੇ 'ਤੇ ਗਰਦਨ ਦੇ ਕੋਲ ਇਹਨਾਂ ਦੇ ਬਾਰੇ 'ਚ ਕੀ ਐਡਵਾਈਸ ਕਰਨਾ ਚਾਹੋਗੇ ਇਹਦੇ 'ਚ ਸਾਡਾ ਜਿਹੜਾ ਹਰਬਲ ਔਰ ਹੋਮਿਓਪੈਥਿਕ ਦਾ ਸੈਗਮੈਂਟ ਇਹਦੇ ਖਾਸ ਤੌਰ 'ਤੇ ਪਲੀਜ਼ ਜੀ ਕੋਈ ਵੀ ਚੀਜ਼ ਹੈ ਨਾ ਓਵਰ ਯੂਜ਼ ਕਰੋਗੇ ਤਾਂ ਉਹ ਪ੍ਰੋਬਲਮ ਹੋਏਗਾ ਅਬਿਊਜ਼ ਕਰੋਗੇ ਕਿਸ ਚੀਜ਼ ਦਾ ਪ੍ਰੋਬਲਮ ਹੋਏਗਾ ਹੁਣ ਤੁਸੀਂ ਇੱਕ ਹੱਥ ਹੈ ਹੁਣ ਇਹ ਗੱਡੀ ਵੀ ਤੁਸੀਂ ਖਰੀਦਦੇ ਹੋ ਨਵੀਂ ਉਹ 5 ਸਾਲ ਵਾਸਤੇ ਹੁੰਦੀ ਹੈ 10 ਸਾਲ ਸਹੀ ਚੱਲਦੀ ਹੈ ਉਹਦੇ ਬਾਅਦ ਫਿਰ ਜਵਾਬ ਦੇ ਹੁਣ ਹਿਊਮਨ ਬਾਡੀ ਵੀ ਉਹਦੀ ਲਿਮਿਟ ਹੈ ਅਤੇ ਅਗਰ ਤੁਸੀਂ ਉਹਨੂੰ ਓਵਰ ਯੂਜ਼ ਕਰੋਗੇ ਕੋਈ ਵੀ ਬਾਡੀ ਪਾਰਟ ਤਾਂ ਉਹ ਉਹਦੇ ਨਾਲ ਪ੍ਰੋਬਲਮ ਹੋਏਗਾ ਔਰ ਟੋਪ ਆਫ ਦੈਟ ਅਗਰ ਤੁਸੀਂ ਫਿਰ ਨਿਊਟ੍ਰੀਸ਼ਨਲ ਡੈਫੀਸ਼ੀਐਂਸੀਜ਼ ਵੀ ਕਰ ਰਹੇ ਹੋ ਕਿ ਤੁਸੀਂ ਦੁੱਧ ਨਹੀਂ ਪੀ ਰਹੇ ਫਰੂਟ ਨਹੀਂ ਖਾ ਰਹੇ ਪਾਣੀ ਨਹੀਂ ਪੀ ਰਹੇ ਅਤੇ ਤੁਸੀਂ ਇੱਕ ਡਬਲ ਨੁਕਸਾਨ ਕਰ ਰਹੇ ਹੋ ਕਿ ਤੁਸੀਂ ਆਪਣੇ ਪੂਰੀ ਤਰ੍ਹਾਂ ਖੁਰਾਕ ਨਹੀਂ ਖਾ ਰਹੇ ਰੈਸਟ ਨਹੀਂ ਕਰ ਰਹੇ ਔਰ ਬਾਡੀ ਨੂੰ ਓਵਰ ਯੂਜ਼ ਕਰ ਰਹੇ ਹੋ ਜਿਹਦੇ 'ਚ ਅੱਖਾਂ ਦਾ ਜ਼ਿਆਦਾ ਇਸਤੇਮਾਲ ਜਾਂ ਹੱਥਾਂ ਦਾ ਜਾਂ ਕੰਨਾਂ ਦਾ ਹਰ ਵੇਲੇ ਲਾਊਡ ਮਿਊਜ਼ਿਕ ਸੁਣ ਰਹੇ ਹੋ ਜਾਂ ਅੱਜ ਕੱਲ੍ਹ ਬੱਚੇ ਨੇ ਉਹ ਬੈਠੇ ਰਹਿੰਦੇ ਨੇ ਐਕਟੀਵਿਟੀ ਨਹੀਂ ਕਰ ਰਹੇ ਔਰ ਖਾਣ ਦਾ ਕੰਟਰੋਲ ਨਹੀਂ ਔਰ ਖਾਣ ਵੀ ਉਹੀ ਜੰਕ ਫੂਡ ਨਿਰੀ ਐਮਟੀ ਕੈਲਰੀਜ਼ ਨਿਰੀ ਸ਼ੂਗਰ
ਮਤਲਬ ਅਗਰ ਕੋਕ ਪੈਪਸੀ ਇਸ ਤਰ੍ਹਾਂ ਦੀਆਂ ਚੀਜ਼ਾਂ, ਮਤਲਬ ਉਹਨਾਂ ਨੂੰ ਚਾਹੀਦਾ ਪ੍ਰੋਟੀਨ ਖਾਣ, ਫਰੂਟ ਵੈਜੀਟੇਬਲ ਖਾਣ, ਪਾਣੀ ਦਾ ਇਸਤੇਮਾਲ ਕਰਨ, ਵਾਕ ਕਰਨ ਔਰ ਆਪਣੇ ਹਿਊਮਨ ਇੰਟਰੈਕਸ਼ਨ ਨੂੰ ਕੋਸ਼ਿਸ਼ ਕਰਨ ਕਿ ਇਹ ਨਹੀਂ ਕਿ ਫੋਨ 'ਤੇ ਤੁਸੀਂ ਟੈਕਸ ਕਰ ਰਹੇ ਹੋ ਤਾਂ ਮਦਰ ਹੈ ਕਮਰੇ 'ਚ ਅਤੇ ਉਹਨਾਂ ਨੂੰ ਟੈਕਸ ਕਰਕੇ ਦੱਸ ਰਹੇ ਹੋ, ਫੋਨ ਕਰਕੇ ਦੱਸ ਰਹੇ ਹੋ। ਮਤਲਬ ਦੇਖਿਆ ਗਿਆ ਕਈ ਦਫ਼ਾ ਜਾਈਦਾ ਘਰਾਂ 'ਚ ਲਿਵਿੰਗ ਰੂਮ 'ਚ 10 ਬੰਦੇ ਬੈਠੇ ਨੇ ਅਤੇ 10 ਦੇ 10 ਫੋਨ 'ਚ ਮਸਰੂਫ ਨੇ, ਕੋਈ ਆਪੇ 'ਚ ਗੱਲ ਨਹੀਂ ਕਰ ਰਿਹਾ ਔਰ ਛੋਟੇ ਬੱਚੇ ਨੇ ਜਿਹੜੇ ਕਿ ਬਹੁਤ ਹੀ ਛੋਟੇ, ਉਹਨਾਂ ਨੂੰ ਮਾਵਾਂ ਜਿਹੜੀਆਂ ਨੇ ਉਹ ਦੇ ਦਿੰਦੀਆਂ ਨੇ ਜੀ ਕਾਰਟੂਨ ਦੇਖਦੇ ਰਹੋ ਬੱਚੇ ਔਰ ਉਹ ਜਦੋਂ ਬਿਲਕੁਲ ਉਹ ਕਿਸੇ ਹਿਊਮਨ ਨਾਲ ਮਿਲੇ ਹੀ ਨਹੀਂ। 2-4 ਸਾਲ ਦਾ ਬੱਚਾ ਅਗਰ ਤੁਸੀਂ ਘਰ ਜਾਂਦੇ ਹੋ ਨਾ ਕਿਸੇ ਦੇ ਅਤੇ ਅਗਰ ਉਹ ਬੱਚਾ ਦੇਖ ਕੇ ਬੰਦਿਆਂ ਨੂੰ ਅੰਦਰ ਸੋਫੇ ਥੱਲੇ ਵੜ ਜਾਂਦਾ, ਜਿਸ ਤਰ੍ਹਾਂ ਬਾਂਦਰ ਦਾ ਬੱਚਾ ਨਹੀਂ ਹੁੰਦਾ ਕਿ ਉਹ ਕਿਸੇ ਨੂੰ ਨਾ ਦੇਖੇ ਅਤੇ ਇਹ ਬਹੁਤ ਸੈਡ ਗੱਲ ਹੈ ਕਿ ਜਿਸ ਤਰ੍ਹਾਂ ਮੈਂ ਮਿਸਾਲ ਦੇ ਕੇ ਦੱਸ ਰਿਹਾ, ਤੁਸੀਂ ਮਾਇੰਡ ਨਾ ਕਰਨਾ, ਲੇਕਿਨ ਇਹ ਹਕੀਕਤ ਹੈ ਕਿ ਇਸ ਤਰ੍ਹਾਂ ਹੋ ਰਿਹਾ। ਮਤਲਬ ਇੱਕ ਇੰਟਰੈਕਸ਼ਨ ਨਹੀਂ, ਕੋਈ ਐਕਸਪੋਜ਼ਰ ਨਹੀਂ। ਹਾਂ ਰਾਈਟ, ਤਾਂ ਹੁੰਦਾ ਔਰ ਉਹ ਟੀਵੀ ਦੇਖ ਰਿਹਾ। ਹੁਣ ਅੱਜ ਕੱਲ੍ਹ ਸ਼ਿਕਾਇਤ ਇੱਕ ਰੀਸੈਂਟਲੀ ਇੱਕ ਮਦਰ ਹੈ ਵਿਚਾਰੀ, ਇੰਨੀ ਪਰੇਸ਼ਾਨ ਹੋ ਗਈ ਹੈ, ਕਹਿੰਦੀ ਹੈ ਕਿ ਉਹ ਮੇਰਾ ਬੱਚਾ ਜਿਹੜਾ ਰੋਟੀ ਜਦੋਂ ਖਾ ਕਹਿੰਦਾ ਟੀਵੀ ਲਾ ਦਿਉ, ਟੀਵੀ ਲਾ ਕੇ ਦਿਓਗੇ ਤਾਂ ਫਿਰ ਰੋਟੀ ਖਾਂਦਾ, ਕਾਰਟੂਨ ਲਾ ਕੇ ਦਿਓਗੇ ਤਾਂ ਖਾ। ਹਾਂ ਉਹਦੇ ਨਾਲ ਉਹਦੀ ਹੋਰ ਵੱਖਰੇ ਪ੍ਰੋਬਲਮ ਹੋ ਗਏ ਨੇ ਸ਼ੁਰੂ, ਜਿਹੜੇ ਉਹਨੂੰ ਮਤਲਬ ਸਟ੍ਰੈਸ ਵਗੈਰਾ ਦਾ ਔਰ ਮੂਡ ਦਾ ਉਹਦਾ ਪ੍ਰੋਬਲਮ ਹੋ ਗਿਆ, ਮੂਡ ਸਵਿੰਗਸ ਹੋ ਜਾਂਦੇ ਆ। ਅਤੇ ਮੈਂ ਉਹਨਾਂ ਨੂੰ ਐਡਵਾਈਸ ਕੀਤਾ ਕਿ ਤੁਸੀਂ ਟੀਵੀ ਇਹਦਾ ਬੰਦ ਕਰ ਦਿਉ, ਟੀਵੀ ਲਿਵਿੰਗ ਰੂਮ 'ਚੋਂ ਹਟਾ ਹੀ ਦਿਉ ਅਤੇ ਇਹਦਾ ਬਿਹੇਵੀਅਰ ਅੱਛਾ ਹੋ ਜਾਏਗਾ, ਬੈਟਰ ਹੋ ਜਾਏਗਾ। ਲੇਕਿਨ ਹੁਣ ਅਗਲੇ ਦਿਨ ਉਹ ਆਏ, ਕਹਿੰਦੇ ਨੇ ਡਾਕਟਰ ਸਾਹਿਬ ਉਹ ਤੁਸੀਂ ਟੀਵੀ 'ਤੇ ਅਸੀਂ ਹਟਾ ਦਿੱਤਾ, ਬਿਹੇਵੀਅਰ ਸਹੀ ਹੋ ਗਿਆ, ਲੇਕਿਨ ਉਹ ਰੋਟੀ ਨਹੀਂ ਖਾਂਦਾ ਬਗੈਰ ਟੀਵੀ ਤੋਂ। ਕੈਨ ਯੂ ਬਿਲੀਵ ਦਿਸ, ਕਿਤਨੀ ਆਦਤ ਹੋ ਗਈ ਹੈ। ਅਤੇ ਉਹ ਮੈਂ ਕਿਹਾ ਚਲੋ ਫੋਨ 'ਤੇ ਉਹਨੂੰ ਕੋਈ ਲਾ ਦਿਉ, ਮਤਲਬ ਕਾਰਟੂਨ ਵਗੈਰਾ ਜਦੋਂ ਰੋਟੀ ਖਵਾਉਣ ਦੇ ਟਾਈਮ 'ਤੇ। ਅਤੇ ਲੇਕਿਨ ਇਸ ਤਰ੍ਹਾਂ ਦੀਆਂ ਪ੍ਰੋਬਲਮ ਹੋ ਰਹੀਆਂ ਜਿਹੜੇ ਕਿ ਮੈਨ ਮੇਡ ਪ੍ਰੋਬਲਮ ਨੇ, ਮਤਲਬ ਅੱਲਾ ਨੇ ਜਾਂ ਉੱਤੇ ਵਾਲੇ ਨੇ ਤੁਹਾਨੂੰ ਕੋਈ ਬਿਮਾਰੀ ਨਹੀਂ ਦਿੱਤੀ, ਤੁਸੀਂ ਆਪਣੇ ਕਰਤੂਤਾਂ ਦੀ ਵਜ੍ਹਾ ਨਾਲ, ਆਪਣੇ ਲਾਈਫ ਸਟਾਈਲ ਦੀ ਵਜ੍ਹਾ ਨਾਲ, ਆਪਣੇ ਖਾਣੇ ਪੀਣੇ ਦੀ ਵਜ੍ਹਾ ਨਾਲ ਇਹ ਪ੍ਰੋਬਲਮ ਕਰ ਰਹੇ। ਔਰ ਛੋਟੇ ਬੱਚੇ ਵੀ ਇਹਦਾ ਸ਼ਿਕਾਰ ਹੋ ਰਹੇ ਆ। ਜੀ ਬਿਲਕੁਲ ਜੀ, ਸਾਡੇ ਜਿਹੜੇ ਦਰਸ਼ਕ ਜੀ ਦੇਖ ਰਹੇ ਨੇ ਸਾਡਾ ਪ੍ਰੋਗਰਾਮ, ਸਾਡੇ ਬੜੀ ਲੰਬੀ ਅੱਛੀ ਤਾਦਾਦ ਹੈ ਬਜ਼ੁਰਗ ਦਰਸ਼ਕਾਂ ਦੀ, ਅਸੀਂ ਸਭ ਉਹਨਾਂ ਦਾ ਰਿਸਪੈਕਟ ਕਰਦੇ ਹਾਂ। ਉਹਨਾਂ ਦੇ ਬਾਰੇ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਵੱਧਦੀ ਉਮਰ ਹੈ, ਜਦੋਂ ਅਸੀਂ ਪੇਨ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਜਿਸ ਤਰ੍ਹਾਂ ਗੋਡਿਆਂ 'ਚ ਪੇੜ ਹੋ ਗਏ ਅਤੇ ਆਪਾਂ ਜਿਸ ਤਰ੍ਹਾਂ ਕਹਿੰਦੇ ਲਿਗਾਮੈਂਟ ਥੋੜ੍ਹਾ ਜਿਹਾ ਕੱਸ ਜਾਂਦਾ ਇਸ ਉਮਰ 'ਚ ਆ ਕੇ, ਉਹਨਾਂ ਦੇ ਵਾਸਤੇ ਉਸ ਸਪੈਸ਼ਲ ਸੈਗਮੈਂਟ ਵਾਸਤੇ, ਉਹਨਾਂ ਵਿਊਰਸ ਵਾਸਤੇ ਤੁਹਾਡੇ ਕੋਲ ਹਰਬਲ ਹੋਮਿਓਪੈਥੀ ਦੇ ਵਿੱਚ ਕੀ ਖਾਸ ਐਡਵਾਈਸ ਹੈ, ਕੀ ਸਲਾਹ ਦੇਣਾ ਚਾਹੋਗੇ ਉਹਨਾਂ ਨੂੰ? ਐਡਵਾਈਸ ਤੇ ਇਹ ਕਿ ਦੁੱਧ ਦਾ ਗਲਾਸ ਪੀਣ ਕਰਨ ਔਰ ਬਿਲਕੁਲ ਹੀ ਡਾਕਟਰਾਂ ਦੇ ਕੋਲੈਸਟਰੋਲ ਅਗਰ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ ਤਾਂ ਤੁਸੀਂ ਬਿਲਕੁਲ ਹੀ ਪਰਹੇਜ਼ ਨਾ ਕਰਿਆ ਕਰੋ ਜੀ। ਮਤਲਬ ਦੁੱਧ ਵਗੈਰਾ ਦਾ ਇਸਤੇਮਾਲ, ਬਟਰ, ਦੇਸੀ ਘਿਓ ਥੋੜ੍ਹਾ ਬਹੁਤ ਖਾਣਾ ਚਾਹੀਦਾ। ਕੋਈ ਵੀ ਚੀਜ਼ ਤੁਸੀਂ ਜ਼ਿਆਦਤੀ ਕਰਦੇ ਹੋ ਤਾਂ ਫਿਰ ਪ੍ਰੋਬਲਮ ਹੁੰਦਾ ਹੈ, ਲੇਕਿਨ ਜਿਹੜੀ ਚੀਜ਼ ਤੁਹਾਨੂੰ ਜ਼ਰੂਰਤ ਹੈ ਉਹ ਇਸਤੇਮਾਲ ਕਰਨੀ ਚਾਹੀਦੀ ਹੈ। ਅੱਛਾ, ਅਗਰ ਦਰਦ ਹੈ ਤਾਂ ਹਲਦੀ ਦਾ ਵੀ ਪਾਊਡਰ ਥੋੜ੍ਹਾ ਜਿਹਾ ਦੁੱਧ 'ਚ ਪਾ ਕੇ ਮਿਕਸ ਕਰਕੇ ਪੀ ਸਕਦੇ ਹੋ, ਲੇਕਿਨ ਉਸ ਤੋਂ ਇਲਾਵਾ ਜੁਆਇੰਟ ਫਾਰਮੂਲਾ ਹੈ, ਥੈਰਾ ਆਇਲ ਹੈ, ਆਰਥਰਾਈਟਿਸ ਦੇ ਡਰੋਪਸ ਨੇ, ਇਹ ਤਿੰਨ ਮੈਡੀਸਨ ਨੇ। ਮਤਲਬ ਮੈਡੀਸਨ ਕੀ ਨੇ, ਹਰਬਲ ਚੀਜ਼ਾਂ ਨੇ, ਇਹਦਾ ਕੋਈ ਨੁਕਸਾਨ ਨਹੀਂ ਹੈ। ਇਹ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ, ਬਾਈ ਮੇਲ ਵੀ ਮੰਗਾ ਸਕਦੇ ਹੋ, ਜਾਂ ਅਗਰ ਬਜ਼ੁਰਗਾਂ ਦੇ ਹਾਰਮੋਨਸ ਘੱਟ ਜਾਂਦੇ ਨੇ ਕਾਫੀ, ਕਈ ਦਫ਼ਾ ਹੁੰਦਾ ਉਮਰ ਦੇ ਹਿਸਾਬ ਨਾਲ ਤੁਹਾਡੇ ਹਾਰਮੋਨਸ ਘੱਟਦੇ ਹੈ, ਉਹਦੇ ਵਾਸਤੇ ਯੂਥ ਫਾਰਮੂਲਾ ਹੈ, ਬਲੱਡ ਸਰਕੂਲੇਸ਼ਨ ਵਾਸਤੇ ਪ੍ਰੋ ਹਾਰਟ ਹੈ, ਜਿਹੜਾ ਕਿ ਬਲੱਡ ਸਰਕੂਲੇਸ਼ਨ ਨੂੰ ਇੰਪਰੂਵ ਕਰਦਾ, ਖੂਨ ਦੀਆਂ ਨਾਲੀਆਂ ਨੂੰ ਸਾਫ਼ ਕਰਦਾ, ਹਾਰਟ ਨੂੰ ਤਾਕਤ ਦਿੰਦਾ, ਪ੍ਰੋ ਹਾਰਟ ਇਜ਼ ਵੈਰੀ ਗੁੱਡ। ਅਤੇ ਇਹ ਸਾਰੀਆਂ ਔਰ ਮਤਲਬ ਇਸ ਤਰ੍ਹਾਂ ਦੀ ਹੋਮਿਓਪੈਥਿਕ ਹਰਬਲ ਦਵਾਈਆਂ ਜਿਹੜੀਆਂ ਨੇ ਐਜ਼ ਏ ਸਪਲੀਮੈਂਟ ਔਰ ਫੂਡ ਦੇ ਕੈਟੇਗਰੀ 'ਚ ਆਉਂਦੀਆਂ ਨੇ, ਇਹ ਕੋਈ ਡਰੱਗਸ ਨਹੀਂ। ਔਰ ਪ੍ਰੀਵੈਂਸ਼ਨ ਬਹੁਤ ਜ਼ਰੂਰੀ ਹੈ, ਮਤਲਬ ਅਗਰ ਤੁਸੀਂ ਪ੍ਰੀਵੈਂਟ ਕਰ ਲੈਂਦੇ ਹੋ ਚੀਜ਼ਾਂ ਉਹ ਜ਼ਿਆਦਾ ਬੈਟਰ ਹੈ। ਇੱਕ ਦਫ਼ਾ ਬਿਮਾਰੀ ਹੋ ਗਈ, ਤੁਹਾਨੂੰ ਹਾਰਟ ਅਟੈਕ ਹੋ ਗਿਆ, ਖੁਦਾ ਨਾ ਖਾਸਤਾ ਫਿਰ ਆਪਰੇਸ਼ਨ ਹੀ ਹੋਣਾ, ਮਤਲਬ ਉਸ ਤੋਂ ਪਹਿਲਾਂ ਤੁਸੀਂ ਜਿਹੜਾ ਆਫਟਰ 35-40 ਇਹ ਪ੍ਰੋ ਹਾਰਟ ਦਾ ਇਸਤੇਮਾਲ ਅੱਛੀ ਚੀਜ਼ ਹੈ। ਕੋਲੈਸਟਰੋਲ ਵਾਸਤੇ ਵੀ ਐਪਲ ਇੱਕ ਰੋਜ਼ ਖਾ ਲਿਆ ਕਰੋ, ਉਹਦੇ ਨਾਲ ਕੋਲੈਸਟਰੋਲ ਤੁਹਾਡਾ ਕੰਟਰੋਲ 'ਚ ਰਹਿੰਦਾ। ਔਰ ਔਰਤਾਂ ਦੇ ਪ੍ਰੋਬਲਮ ਵੀ ਇਸ ਤਰ੍ਹਾਂ ਦੇ ਨੇ, ਹਾਰਮੋਨ ਦੀ ਕਮੀ ਦੀ ਵਜ੍ਹਾ ਨਾਲ ਉਹਨਾਂ ਨੂੰ ਕਿੰਨੇ ਪ੍ਰੋਬਲਮ ਮਸਾਇਲ ਹੋ ਜਾਂਦੇ ਆ, ਅਤੇ ਉਹਦੇ ਵਾਸਤੇ ਵੀ ਹੋਮਿਓਪੈਥਿਕ ਸਪਲੀਮੈਂਟਸ ਉਹ ਹੁੰਦੇ ਆ ਜਿਹੜੇ ਕਿ ਉਹਨਾਂ ਨੂੰ ਇਸਤੇਮਾਲ ਕਰਨੇ ਚਾਹੀਦੇ ਆ। ਅੱਖਾਂ ਵਾਸਤੇ ਆਈ ਡਰੋਪਸ ਨੇ, ਸਿਰ ਵਿੱਚ ਲਾਉਣ ਵਾਸਤੇ ਆਇਲ ਹੈ, ਵੈਸੇ ਮਾਲਿਸ਼ ਕਰਨ ਵਾਸਤੇ ਫੀਮੇਲ ਫਾਰਮੂਲਾ ਹੈ, ਮੈਨਸ ਹੈਲਥ ਵਾਸਤੇ ਜਿਹੜਾ ਬਹੁਤ ਜ਼ਿਆਦਾ ਇਹ ਪ੍ਰੋਬਲਮ ਹੈ ਮੈਨਸ ਦੀ ਕਿ ਉਹਨਾਂ ਦੀ ਮੈਨ ਸਟੈਮਨਾ, ਸੈਕਸ਼ੁਅਲ ਵੀਕਨੈਸ ਔਰ ਪ੍ਰੈਗਨੈਂਸੀ ਨਹੀਂ ਹੋ ਪਾਉਂਦੀ ਬੇਗਮ, ਮਤਲਬ ਔਰ ਵਾਈਫ ਜਿਹੜੇ ਨੇ ਹਸਬੈਂਡ ਵਾਈਫ ਦੇ ਰਿਲੇਸ਼ਨਸ਼ਿਪ ਜਿਹੜੇ ਨੇ ਉਹ ਬਹੁਤ ਜ਼ਿਆਦਾ ਇਫੈਕਟ ਹੋ ਜਾਂਦੇ ਇਹਦੀ ਵਜ੍ਹਾ ਨਾਲ। ਅਤੇ ਉਹਦੇ ਵਾਸਤੇ ਹੋਮਿਓਪੈਥਿਕ ਹਰਬਲ 'ਚ ਬਹੁਤ ਸਾਰੀਆਂ ਚੀਜ਼ਾਂ, ਔਰ ਈਵਨ ਪ੍ਰੋਬਲਮ ਨਹੀਂ ਵੀ ਫਿਰ ਵੀ ਤੁਸੀਂ ਐਜ਼ ਏ ਪ੍ਰੀਵੈਂਸ਼ਨ ਦੇ ਤੌਰ 'ਤੇ, ਆਪਣੇ ਸਪਲੀਮੈਂਟੇਸ਼ਨ ਦੇ ਤੌਰ 'ਤੇ ਹੋਮਿਓਪੈਥਿਕ ਹਰਬਲ ਦਵਾਈਆਂ ਇਸਤੇਮਾਲ ਕਰਨ ਨਾਲ ਉਹ ਮੈਨ ਵੂਮੈਨ ਦੇ ਜਿਹੜੇ ਪ੍ਰੋਬਲਮ ਨੇ ਉਹਨਾਂ 'ਚ ਵੀ ਕਾਫੀ ਹੈਲਪ ਮਿਲਦੀ ਹੈ। ਅਤੇ ਤੁਸੀਂ ਐਡਵਾਈਸ ਕਰਦੇ ਹੋ ਕਿ ਜਿਹੜੇ ਐਲੋਪੈਥਿਕ ਦੇ ਵਿੱਚ ਪੇਨ ਕਿਲਰਸ ਨੇ, ਘੱਟੋ ਘੱਟ ਉਹ ਨਾ ਲੋਕ ਜ਼ਿਆਦਾ ਉਹਨਾਂ 'ਤੇ ਭਰੋਸਾ ਕਰਨ, ਉਹ ਸਿਰਫ ਇੱਕ ਅੱਧੇ ਪੌਣੇ ਘੰਟੇ ਵਾਸਤੇ ਆਰਾਮ ਦਿੰਦੇ ਨੇ, ਪਰ ਬੋਡੀ ਨੂੰ ਉਹਦਾ ਬੜਾ ਸਾਈਡ ਇਫੈਕਟਸ, ਉਹ ਕੀ ਸਾਈਡ ਇਫੈਕਟਸ ਹੋ ਸਕਦੇ ਐਲੋਪੈਥਿਕ ਦੇ
ਖਾ ਕੇ ਸਾਲਾਂ ਸਾਲ ਔਰ ਇੱਕ ਉਹ ਇੱਕ ਕਈ ਪੇ ਨੇ ਕਿਲਰ ਐਸੇ ਨੇ ਜਿਹੜੇ ਨਸ਼ੇ ਦੇ ਤੌਰ 'ਤੇ ਲੱਗ ਜਾਂਦੇ ਨੇ ਉਹ ਉਹਨਾਂ ਨੂੰ ਉਹ ਛੁਡਾਉਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਸ ਵਾਸਤੇ ਅਗਰ ਜਿਹਨਾਂ ਲੋਕਾਂ ਨੇ ਹੋਮਿਓਪੈਥਿਕ ਕਦੇ ਹਰਬਲ ਇਸਤੇਮਾਲ ਨਹੀਂ ਕੀਤੀ ਮੈਂ ਉਹਨਾਂ ਨੂੰ ਸਟਰੋਂਗਲੀ ਰੈਕਮੈਂਡ ਕਰਾਂਗਾ ਕਿ ਤੁਸੀਂ ਇੱਕ ਵਾਰੀ ਟਰਾਈ ਕਰੋ ਔਰ ਤੁਸੀਂ ਦੇਖੋਗੇ ਤਾਂ ਅਸੀਂ ਬਹੁਤ ਜ਼ਿਆਦਾ ਤੁਹਾਨੂੰ ਇੰਪਰੂਵਮੈਂਟ ਹੋਏਗੀ ਔਰ ਸਿਰਫ ਕਈਆਂ ਕਈਆਂ ਗੱਲਾਂ 'ਤੇ ਨਹੀਂ ਕਿ ਹੋਮਿਓਪੈਥਿਕ ਬਹੁਤ ਦੇਰ ਨਾਲ ਟਾਈਮ ਲੱਗਦਾ ਹੈ ਗਲਤ ਗੱਲਾਂ ਜਿਹੜੀਆਂ ਨੇ ਕਾਫੀ ਮਤਲਬ ਹੈ ਨੇ ਜਿਹੜੇ ਕਿ ਐਸੀ ਕੋਈ ਗੱਲ ਨਹੀਂ ਹੈ ਅਗਰ ਤੁਹਾਡਾ ਬਲੱਡ ਪ੍ਰੈਸ਼ਰ ਹੈ ਤਾਂ ਇੱਕ ਡੋਜ਼ ਨਾਲ ਕੰਟਰੋਲ ਆਉਂਦਾ ਹੈ ਡਾਇਬਿਟਿਕ ਮੈਡੀਸਨ ਹੈ ਉਸੇ ਵੇਲੇ ਕੰਟਰੋਲ ਹੁੰਦੀ ਹੈ ਹੁਣ ਡਿਪੈਂਡ ਕਰਦਾ ਤੁਹਾਡੀ ਕਿ ਕਿੰਨੀ ਸ਼ੂਗਰ ਹੈ ਔਰ ਕਿੰਨੀਆਂ ਦਵਾਈਆਂ ਖਾ ਰਹੇ ਹੋ ਅਗਰ ਉਹ ਤੁਹਾਡੀਆਂ ਦਵਾਈਆਂ ਇੰਗਲਿਸ਼ ਦਵਾਈਆਂ ਛੁੱਟ ਜਾਣ ਤਾਂ ਵੀ ਵੱਡੀ ਗੱਲ ਹੈ ਅਗਰ ਤੁਹਾਡੀ ਕੰਟਰੋਲ ਹੋ ਜਾਏ ਉਹ ਵੀ ਅੱਛੀ ਗੱਲ ਹੈ ਵਿਦਆਊਟ ਐਨੀ ਸਾਈਡ ਇਫੈਕਟਸ ਇਸੇ ਤਰ੍ਹਾਂ ਬਲੱਡ ਪ੍ਰੈਸ਼ਰ ਵਾਸਤੇ ਕੋਲੈਸਟ੍ਰੋਲ ਵਾਸਤੇ ਜਾਂ ਪੇਨ ਵਾਸਤੇ ਜਾਂ ਕੋਈ ਹੋਰ ਐਲਰਜੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਐਲਰਜੀ ਦੀ ਟੈਬਲੇਟ ਹਰ ਵੇਲੇ ਲੋਕ ਐਵਰੀ ਡੇ ਖਾਈ ਜਾਂਦੇ ਹੈ ਔਰ ਔਰਤਾਂ ਦੇ ਜਿਹੜੇ ਬੱਚਿਆਂ ਦੀ ਖਾਸ ਤੌਰ 'ਤੇ ਪੀਰੀਅਡ ਦੇ ਪ੍ਰੋਬਲਮ ਜਿਹੜੇ ਹੁੰਦੇ ਆ ਉਹਦੇ ਨਾਲ ਬਰਥ ਕੰਟਰੋਲ ਪਿਲਸ ਡਾਕਟਰ ਰੈਕਮੈਂਡ ਕਰ ਦਿੰਦੇ ਆ ਔਰ ਉਹ ਵੀ ਰੋਜ਼ ਇੱਕ ਗੋਲੀ ਖਾਈ ਜਾਓ ਸਾਈਡ ਇਫੈਕਟ ਕਿੰਨੇ ਨੇ ਅਤੇ ਜੋ ਵੀ ਚਾਹੇ ਐਲਰਜੀ ਦੀ ਹੈ ਚਾਹੇ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਡਾਇਬਿਟੀਜ਼ ਹੈ ਜਾਂ ਔਰਤਾਂ ਦੇ ਪ੍ਰੋਬਲਮ ਨੇ ਹਾਰਮੋਨਲ ਪ੍ਰੋਬਲਮ ਨੇ ਮੈਨੋਪੌਜ਼ ਦੇ ਪ੍ਰੋਬਲਮ ਨੇ ਮੈਚਿਓਰ ਵੂਮੈਨ ਆਫਟਰ 40-45 ਪੀਰੀਅਡ ਵਗੈਰਾ ਬੰਦ ਹੋਣਾ ਸ਼ੁਰੂ ਹੋ ਜਾਂਦੇ ਆ ਹਾਰਮੋਨ ਘੱਟ ਜਾਂਦੇ ਆ ਅਤੇ ਉਹਦੇ ਵਾਸਤੇ ਵੀ ਹੋਮਿਓਪੈਥਿਕ ਹਰਬਲ ਦਾ ਬਹੁਤ ਅੱਛਾ ਇਲਾਜ ਹੈ ਤੁਸੀਂ ਇੱਕ ਦਫ਼ਾ ਮਤਲਬ ਟਰਾਈ ਜ਼ਰੂਰ ਕਰੋ ਔਰ ਉਹਦੇ ਨਾਲ ਤੁਸੀਂ ਦੇਖੋਗੇ ਕਿ ਸਾਡੇ ਹੁਣ ਪਿਛਲੇ 28 ਸਾਲ ਤੋਂ ਮੈਂ ਨਿਊਯਾਰਕ 'ਚ ਕਰ ਰਿਹਾ ਹਾਂ ਸਾਡੀ ਸਾਰੀਆਂ ਮੈਡੀਸਨ ਜਿਹੜੀਆਂ ਨੇ USA ਦੀਆਂ ਸਾਡੇ ਆਪਣੇ ਫਾਰਮੂਲੇਸ਼ਨ ਨੇ ਔਰ ਮੇਡ ਇਨ USA ਔਰ ਕੈਨੇਡਾ ਨੇ ਅਸੀਂ ਆਪਣੇ ਮੁਲਕਾਂ 'ਚੋਂ ਨਹੀਂ ਦਵਾਈ ਮੰਗਾਉਂਦੇ ਇੱਥੇ ਦੀਆਂ ਸਭ ਦਵਾਈਆਂ ਬਣੀਆਂ ਹੋਈਆਂ ਨੇ ਔਰ ਹਰ ਕਿਸਮ ਦੇ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਬਜ਼ੁਰਗਾਂ ਵਾਸਤੇ ਮਤਲਬ ਹਰ ਕਿਸਮ ਦਾ ਇਲਾਜ ਹੈ ਤੁਸੀਂ ਜਸਟ ਕਾਲ ਕਰੋ ਕੰਸਲਟੇਸ਼ਨ ਕੋਈ ਉਹਦੇ ਚਾਰਜ ਨਹੀਂ ਹੈ ਜਿਹੜੀ ਦਵਾਈ ਤੁਸੀਂ ਲੈਣੀ ਹੈ ਉਹਦੇ ਤੁਸੀਂ ਪੇਮੈਂਟ ਕਰਨੀ ਹੈ ਬਾਈ ਮੇਲ ਵੀ ਮੰਗਾ ਸਕਦੇ ਹੋ ਆ ਕੇ ਵੀ ਲੈ ਸਕਦੇ ਹੋ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਰਿਮਾਈਂਡ ਕਰਾ ਦਈਏ ਕਿ ਡਾਕਟਰ ਸਾਹਿਬ ਦਾ ਕਲੀਨਿਕ ਜੈਕਸਨ ਹਾਈਟਸ ਇਲਾਕੇ 'ਚ ਹੈ ਨਿਊਯਾਰਕ ਦੇ ਵਿੱਚ 7183963600 ਡਾਕਟਰ ਸਾਹਿਬ ਦਾ ਨੰਬਰ ਹੈ ਪਰਸਨਲ ਨੰਬਰ ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਗੱਲ ਕਰ ਸਕਦੇ ਹੋ ਟੈਕਸਟ ਮੈਸੇਜ ਭੇਜ ਸਕਦੇ ਹੋ ਔਰ ਇਹਨਾਂ ਨਾਲ ਆਪਣੀ ਅਪਾਇੰਟਮੈਂਟ ਫਿਕਸ ਕਰਕੇ ਆਪਣੀ ਜੋ ਵੀ ਸਮੱਸਿਆ ਜੋ ਵੀ ਪਰੇਸ਼ਾਨੀ ਹੈ ਇਹਨਾਂ ਨਾਲ ਟਾਈਮ ਫਿਕਸ ਕਰ ਸਕਦੇ ਹੋ ਅਸੀਂ ਅੱਜ ਸਾਰੇ ਸੈਗਮੈਂਟਸ ਬਾਰੇ ਤੁਸੀਂ ਅੱਛੇ ਸਾਡੇ ਦਰਸ਼ਕਾਂ ਨੂੰ ਸਲਾਹ ਦਿੱਤੀ ਬਜ਼ੁਰਗਾਂ ਨੂੰ ਦਿੱਤੀ ਮਹਿਲਾਵਾਂ ਨੂੰ ਸਲਾਹ ਦਿੱਤੀ ਇੱਕ ਜਿਹੜਾ ਸੈਗਮੈਂਟ ਹੈ ਜਿਹੜਾ ਮੈਂ ਕਹਾਂ ਬਾਡੀ ਪੇਨ ਦੇ ਨਾਲ ਜੁੜਿਆ ਇਟਸ ਲਾਈਕ ਸਪੋਰਟਸ ਇੰਜਰੀ ਜਿਹੜੇ ਸਾਡੇ ਖਿਡਾਰੀ ਮੁੰਡੇ ਕੁੜੀਆਂ ਜਿਹੜੇ ਯੰਗ ਏਜ ਦੇ ਫੁੱਟਬਾਲ ਖੇਲਦੇ ਆ ਬੇਸਬਾਲ ਖੇਲਦੇ ਆ ਉਹ ਜੇ ਖੇਡ ਕਰਦੇ ਕਦੀ ਐਂਕਲ ਪੇਨ ਹੋ ਗਿਆ ਮਸਲ ਪੇਨ ਹੋ ਗਿਆ ਬ੍ਰੇਕੇਜ ਵੀ ਹੋ ਜਾਂਦੀ ਹੈ ਹੇਅਰ ਲਾਈਨ ਫ੍ਰੈਕਚਰ ਹੋ ਜਾਂਦੇ ਉਹਨਾਂ ਨੂੰ ਪ੍ਰੋਗਰਾਮ ਦੇ ਅਖੀਰ 'ਚ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਔਰ ਉਹਨਾਂ ਵਾਸਤੇ ਤੁਹਾਡੇ ਕੋਲ ਕੀ ਇਲਾਜ ਹੈ ਸਪੋਰਟਸ ਮੈਨੇਜਮੈਂਟ ਪੇਨ ਮੈਨੇਜਮੈਂਟ ਵਗੈਰਾ ਹੋਮਿਓਪੈਥਿਕ ਤੇ ਇਹਨਾਂ ਚੀਜ਼ਾਂ ਵਾਸਤੇ ਤਾਂ ਬਹੁਤ ਅੱਛਾ ਹੈ ਖਾਸ ਤੌਰ 'ਤੇ ਨਰਵਸ ਵਾਸਤੇ ਪੇਨਸ ਵਾਸਤੇ ਬੱਚੇ ਨੇ ਉਹ ਗਰੋਥ ਨਹੀਂ ਹੋ ਰਹੀ ਹੁੰਦੀ ਉਹਨਾਂ ਵਾਸਤੇ ਬਹੁਤ ਅੱਛਾ ਇਲਾਜ ਹੁੰਦਾ ਹੈ ਕਿ ਉਹਨਾਂ ਦੀ ਅਗਰ ਕੱਦ ਛੋਟੇ ਰਹਿ ਰਹੇ ਹੈ ਰੋਟੀ ਪਾਣੀ ਨਹੀਂ ਖਾਂਦੇ ਭੁੱਖ ਨਹੀਂ ਲੱਗਦੀ ਬੱਚਿਆਂ ਦੀ ਤਾਂ ਅਸੀਂ ਗੱਲ ਹੀ ਨਹੀਂ ਕੀਤੀ ਪੂਰਾ ਅੱਧਾ ਘੰਟਾ ਹੋ ਗਿਆ ਅਤੇ ਉਹਦੇ ਵੀ ਮੈਂ ਮੈਂਸ਼ਨ ਕਰ ਦਿੰਦਾ ਕਿ ਬੱਚਿਆਂ ਨੂੰ ਖਾਸ ਤੌਰ 'ਤੇ ਥਰੋਟ ਇਨਫੈਕਸ਼ਨ ਹੋ ਜਾਂਦਾ ਹੈ ਗਲੇ ਦੇ ਇਨਫੈਕਸ਼ਨ ਬਾਰ ਬਾਰ ਉਹ ਬਿਮਾਰ ਹੁੰਦੇ ਰਹਿੰਦੇ ਹੈ ਇੱਕ ਦਰਸ਼ਕ ਨੇ ਸਰ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਜੀ ਆਪਣਾ ਸ਼ਹਿਰ ਤੇ ਆਪਣਾ ਨਾਮ ਦੱਸ ਦਿਓ ਜੀ ਹਾਂਜੀ ਮੈਂ ਲਾਫਿਟ ਇੰਡੀਆ ਤੋਂ ਬੋਲ ਰਿਹਾ ਜੀ ਜੀ ਕੀ ਪੁੱਛਣਾ ਚਾਹੋਗੇ ਜੀ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਨੂੰ ਪੁੱਛਣਾ ਜੀ ਮੇਰੇ ਨਾ ਫੁੱਟ 'ਚ ਪੇਨ ਹੁੰਦੀ ਸੀਗੀ ਓਕੇ ਤੇ ਮੈਂ MRI ਕਰਾਈ ਐਕਸਰੇ ਵੀ ਉਸ ਤੋਂ ਬਾਅਦ ਕੁਝ ਨਹੀਂ ਆ ਫਿਰ AMG ਟੈਸਟ ਕਰਵਾਇਆ ਜੀ ਤੋਂ ਜੀ ਡਾਕਟਰ ਸਾਹਿਬ ਦੱਸਿਆ ਸੀ ਕਿ ਮੇਰੀ ਦੋ ਡੈਮੇਜ ਨਰਵ ਨੇ ਓਕੇ ਇਹਦਾ ਕੋਈ ਇਲਾਜ ਹੈਗਾ ਜੀ ਹਾਂਜੀ ਤੁਸੀਂ ਡਾਇਬੀਟਿਕ ਤੇ ਨਹੀਂ ਹੋ ਹਾਂਜੀ ਹੈਗਾ ਜੀ ਅੱਛਾ ਤੇ ਉਹ ਕੰਟਰੋਲ ਕੀਤਾ ਹੋਇਆ ਕਿ ਨਹੀਂ ਹਾਂਜੀ ਕੰਟਰੋਲ ਹੈ A1C ਆਇਆ ਸੀਗਾ 6.4 ਲਾਸਟ ਮੰਥ ਓਕੇ ਤੇ ਮੈਡੀਸਨ ਵੀ ਲੈ ਰਹੇ ਹੋ ਸ਼ੂਗਰ ਦੀ ਜਾਂ ਕੋਈ ਹਾਂਜੀ ਮੈਟਫੋਰਮਿਨ ਅੱਛਾ ਤੇ ਇੱਕ ਤੇ ਮੈਂ ਤੁਹਾਨੂੰ ਰੈਕਮੈਂਡ ਕਰਾਂਗਾ ਤੁਸੀਂ ਹੋਮਿਓਪੈਥਿਕ ਹਰਬਲ ਦਵਾਈ ਸ਼ੁਰੂ ਕਰੋ ਸ਼ੂਗਰ ਵਾਸਤੇ ਵੀ ਤੇ ਤੁਹਾਨੂੰ ਕੁਝ ਹੋਮਿਓਪੈਥਿਕ ਦਵਾਈਆਂ ਨਰਵਸ ਵਾਸਤੇ ਵੀ ਦਾਂਗੇ ਔਰ ਸਰਕੂਲੇਸ਼ਨ ਵਾਸਤੇ ਵੀ ਹੁਣ ਤੁਸੀਂ ਕਾਲ ਬਿਲਕੁਲ ਲਾਸਟ ਮਿੰਟ ਕੀਤੀ ਹੈ ਸਾਡਾ ਫੋਨ ਕਿਸੇ ਵੇਲੇ ਵੀ ਬੰਦ ਹੋ ਸਕਦਾ ਤੁਸੀਂ ਮੇਰੇ ਫੋਨ ਨੰਬਰ ਨੋਟ ਕਰ ਲਓ ਆਫਿਸ ਦਾ ਠੀਕ ਹੈ ਤੇ ਠੀਕ ਹੈ ਤੇ ਫਿਰ ਡਿਟੇਲ ਨਾਲ ਗੱਲ ਕਰਕੇ ਜੋ ਵੀ ਤੁਹਾਨੂੰ ਐਡਵਾਈਸ ਦੇ ਹਾਂ ਮਸਾਜ ਕਰਾਇਆ ਕਰੋ ਲੇਕਿਨ ਅੰਦਰੋਂ ਵੀ ਚਾਹੀਦਾ ਹੈ ਕੋਈ ਸਪਲੀਮੈਂਟੇਸ਼ਨ ਜਾਂ ਜਿਹੜੀ ਤੁਹਾਡੀ ਰਿਪੇਅਰ ਮੈਂ ਲੈ ਰਿਹਾ ਗਾਬਾਪੈਂਟਿਨ ਤੇ ਲੇਰਿਕਾ ਲੈ ਰਿਹਾ ਮੈਡੀਸਿਨ ਹਾਂ ਤੇ ਉਹ ਤੇ ਟੈਂਪਰੇਰੀ ਹੈ ਨਾ ਉਹ ਜਿਹੜੀ ਹੁਣ ਪੇਨ ਕਿਲਰ ਦੀ ਅਸੀਂ ਗੱਲ ਕਰ ਰਹੇ ਸੀ ਨਾ ਤੇ ਉਹ ਤੁਹਾਡੀ ਛੁੱਟ ਸਕਦੀ ਹੈ ਜੇ ਤੁਸੀਂ ਅਗਰ ਹੋਮਿਓਪੈਥਿਕ ਹਰਬਲ ਦਵਾਈ ਸ਼ੁਰੂ ਕਰੋਗੇ ਤੇ ਫਿਰ ਠੀਕ ਹੈ ਹਾਂਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਫੋਨ ਕਰਨ ਲਈ ਡਾਕਟਰ ਚੌਧਰੀ ਸਾਹਿਬ ਨੂੰ ਤੁਸੀਂ 7183963600 ਜੋ ਸਕਰੀਨ ਦੇ ਥੱਲੇ ਨੰਬਰ ਆ ਰਿਹਾ ਡਾਕਟਰ ਸਾਹਿਬ ਦਾ ਉਹ ਨੰਬਰ ਤੁਸੀਂ ਨੋਟ ਕਰ ਲਓ ਤੇ ਡਾਕਟਰ ਸਾਹਿਬ ਨੂੰ ਤੁਸੀਂ ਫੋਨ ਕਰਕੇ
ਗੱਲ ਕਰੋ ਉਹਨਾਂ ਨਾਲ ਔਰ ਤੁਸੀਂ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ ਜੋ ਵੀ ਦਵਾਈਆਂ ਤੁਸੀਂ ਬਾਈ ਪੋਸਟ ਮੰਗਾਉਣੀਆਂ ਬਾਈ ਪੋਸਟ ਬਾਈ ਕੁਰੀਅਰ ਮੰਗਾਉਣੀਆਂ ਜਿੱਦਾਂ ਤੁਹਾਡਾ ਤੁਹਾਨੂੰ ਠੀਕ ਲੱਗਦਾ ਡਾਕਟਰ ਸਾਹਿਬ ਨਾਲ ਕਰੋ ਗੱਲ ਦੂਸਰਾ ਇਹ ਜੀ ਜਿਹੜੀ ਬਾਡੀ ਮੈਨੇਜਮੈਂਟ ਦੀ ਅਸੀਂ ਗੱਲ ਕਰ ਰਹੇ ਹਾਂ ਪੇਨ ਮੈਨੇਜਮੈਂਟ ਹੈ ਤੁਸੀਂ ਜਿੱਦਾਂ ਕਿਹਾ ਕਿ ਹਰਬਲ ਔਰ ਹੋਮਿਓਪੈਥਿਕ ਦੇ ਵਿੱਚ ਅਸੀਂ ਦਰਸ਼ਕਾਂ ਨੂੰ ਗੱਲ ਕੀਤੀ ਕਿ ਬਹੁਤ ਹੀ ਬਿਹਤਰੀਨ ਇਲਾਜ ਇਹਦੇ ਵਿੱਚ ਹੈ ਔਰ ਜਿਹੜੇ ਪੇਨ ਕਿਲਰਸ ਤੁਸੀਂ ਐਲੋਪੈਥਿਕ ਦੇ ਖਾਂਦੇ ਹੋ ਉਹਨਾਂ 'ਤੇ ਨਾ ਉਹਨਾਂ 'ਤੇ ਡਿਪੈਂਡੈਂਟ ਰਹੋ ਨਾ ਉਹਨਾਂ ਨੂੰ ਆਪਣੀ ਸਰੈਂਡਰ ਕਰੋ ਉਹਨਾਂ ਚੀਜ਼ਾਂ ਨੂੰ ਕਿਉਂਕਿ ਇਹ ਜਿਹੜੇ ਹਾਰਮਫੁਲ ਨੇ ਜਿਹੜੇ ਹੁਣ ਥੋੜ੍ਹਾ ਜਿਹਾ ਸਿਮਟਮ ਹੈ ਉਹ ਬਾਅਦ ਵਿੱਚ ਲਾਈਫ ਥਰੈਟਨਿੰਗ ਵੀ ਹੋ ਸਕਦਾ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਉਹਦੇ ਨਾਲ ਟਿਊਮਰ ਵੀ ਹੋ ਸਕਦਾ ਹੈ ਕੈਂਸਰ ਦੀ ਵੀ ਸੈਗਮੈਂਟ ਹੋ ਸਕਦਾ ਕਿਸੇ ਵੀ ਤਰ੍ਹਾਂ ਦੇ ਦਰਦ ਨੂੰ ਕਿਸੇ ਵੀ ਤਰ੍ਹਾਂ ਦੇ ਜੋ ਪੇਨ ਹੈ ਉਹਨੂੰ ਇਗਨੋਰ ਨਾ ਕਰੋ ਡਾਕਟਰ ਸਾਹਿਬ ਨਾਲ ਗੱਲ ਕਰੋ ਹੋਮਿਓਪੈਥਿਕ ਔਰ ਹਰਬਲ ਦੇ ਵਿੱਚ ਬਹੁਤ ਹੀ ਬਿਹਤਰੀਨ ਆਪਸ਼ਨਸ ਅਵੇਲੇਬਲ ਨੇ ਔਰ ਜਿਹੜਾ ਇਹ ਇਲਾਜ ਹੈ ਇਹ ਬਿਲਕੁਲ ਜੜ ਤੋਂ ਪੂਰਾ ਪੂਰਾ ਇਲਾਜ ਇਹਦੇ 'ਚ ਹਰਬਲ ਔਰ ਹੋਮਿਓਪੈਥਿਕ ਸੈਗਮੈਂਟ ਦੇ ਵਿੱਚ ਹੋ ਸਕਦਾ ਅਤੇ ਜਿਸ ਤਰ੍ਹਾਂ ਬਾਡੀ ਪੇਨ ਦੀ ਆਪਾਂ ਗੱਲ ਕੀਤੀ ਜੋ ਹਰ ਸੈਗਮੈਂਟ ਨੂੰ ਡਾਕਟਰ ਸਾਹਿਬ ਨੇ ਸਲਾਹ ਦਿੱਤੀ ਹੈ ਡਾਕਟਰ ਸਾਹਿਬ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹੋਗੇ ਲਾਈਫ ਸਟਾਈਲ ਕੀ ਚੇਂਜ ਕਰਨ ਦੋ ਸਲਾਹਾਂ ਫਟਾਫਟ ਦੇ ਦਿਓ ਬਿਲਕੁਲ ਹੈ ਕਿ ਰੋਟੀ ਪਾਣੀ ਟਾਈਮ 'ਤੇ ਖਾਓ ਰੈਸਟ ਕਰੋ ਬਾਡੀ ਨੂੰ ਬਹੁਤ ਜ਼ਰੂਰੀ ਹੈ ਟਾਈਮ 'ਤੇ ਸੋਵੋ ਅਤੇ ਟਾਈਮ 'ਤੇ ਉੱਠੋ ਔਰ ਅਗਰ ਤੁਸੀਂ ਜਿੰਨਾ ਵੀ ਜਿਸ ਟਾਈਮ ਤੋਂ ਵੀ ਸੋਣਾ ਉੱਠਣਾ ਲੇਕਿਨ ਨੀਂਦ ਆਪਣੀ ਪੂਰੀ ਕਰੋ ਇਹ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਹੈਲਥ ਵਾਸਤੇ ਜਿਹੜਾ ਮੋਬਾਈਲ ਦਾ ਜਿਹੜਾ ਤੁਸੀਂ ਦੱਸਿਆ ਸਭ ਤੋਂ ਵੱਡੀ ਵਜ੍ਹਾ ਜਿਹੜੀ ਜੜ ਹੈ ਉਹ ਜੜ ਅਸੀਂ ਕਹਿ ਸਕਦੇ ਹਾਂ ਮੋਬਾਈਲ ਫੋਨ ਤੋਂ ਜ਼ਰਾ ਮਤਲਬ ਬੱਚੇ ਰਹੋ ਤਾਂ ਜ਼ਿਆਦਾ ਚੰਗਾ ਕਿਉਂਕਿ ਰੈਸਟ ਕਰਨ ਦਾ ਮਤਲਬ ਇਹ ਹੀ ਹੈ ਨਾ ਕਿ ਅਗਰ ਤੁਸੀਂ ਤੁਹਾਡੇ ਕੋਲ ਅਗਰ ਟਾਈਮ ਹੈ ਤੁਸੀਂ ਗੱਲਬਾਤ ਕਰੋ ਰੈਸਟ ਕਰੋ ਰਾਦਰ ਦੈਨ ਤੁਸੀਂ ਇੰਟਰਨੈਟ 'ਤੇ ਲੱਗੇ ਰਹੋ ਔਰ ਉਹ ਸ਼ੈਤਾਨੀ ਚਰਖਾ ਜਿਹਾ ਉਹ ਤਾਂ ਖਤਮ ਹੀ ਨਹੀਂ ਹੁੰਦਾ ਚਾਰ ਚਾਰ ਛੇ ਛੇ ਘੰਟੇ ਲੱਗੇ ਰਹਿੰਦੇ ਨੇ ਉਹਦੇ ਤੋਂ ਬਚੋ ਬੱਚਿਆਂ ਨੂੰ ਵੀ ਬਚਾਓ ਔਰ ਆਪੂ ਵੀ ਅਤੇ ਜਿਹੜਾ ਮੋਬਾਈਲ ਹੈ ਔਰ ਜਿਹੜੇ ਕੰਪਿਊਟਰ 'ਤੇ ਅੱਗੇ ਬੈਠੇ ਰਹਿੰਦੇ ਉਹੀ ਸਾਰਾ ਕੁਝ ਆਫਿਸ ਦੇ ਵਿੱਚ ਵੀ ਕੰਮ ਸ਼ਮ ਕਰਨਾ ਠੀਕ ਹੈ ਲੇਕਿਨ ਅਨਨੈਸੈਸਰੀ ਜਿਹੜੇ ਕਰਨਾ ਉਹ ਬਹੁਤ ਜ਼ਰੂਰੀ ਅਤੇ ਉਹ ਕਹਿੰਦੇ ਜੀ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ ਅਤੇ ਜਿਹੜਾ ਤੁਸੀਂ ਪ੍ਰੀਵੈਂਸ਼ਨ ਪਹਿਲਾਂ ਹੀ ਲੈ ਸਕਦੇ ਹੋ ਔਰ ਜੇ ਅਗਰ ਕਿਸੇ ਚੀਜ਼ 'ਤੇ ਤੁਸੀਂ ਲੱਗ ਗਈ ਹੈ ਤੁਹਾਨੂੰ ਕੋਈ ਪਰੇਸ਼ਾਨੀ ਜਾਂ ਦਰਦ ਸ਼ੁਰੂ ਹੋ ਗਿਆ ਜਾਂ ਕੁਛ ਵੀ ਐਸੀ ਚੀਜ਼ ਹੈ ਤਾਂ ਤੁਸੀਂ ਡਾਕਟਰ ਸਾਹਿਬ ਨੂੰ 7183963600 'ਤੇ ਫੋਨ ਕਰਕੇ ਗੱਲ ਕਰ ਸਕਦੇ ਹੋ ਅਪਾਇੰਟਮੈਂਟ ਲੈ ਸਕਦੇ ਹੋ ਜੈਕਸਨ ਹਾਈਟਸ ਨਿਊਯਾਰਕ 'ਚ ਡਾਕਟਰ ਇਫਤਿਖਾਰ ਚੌਧਰੀ ਸਾਹਿਬ ਦਾ ਕਲੀਨਿਕ ਹੈ ਤੁਸੀਂ ਉੱਥੇ ਜਾ ਕੇ ਉਹਨਾਂ ਨੂੰ ਮਿਲ ਸਕਦੇ ਹੋ ਜੇ ਨਿਊਯਾਰਕ ਤੋਂ ਬਾਹਰ ਹੋ ਕਿਤੇ ਦੂਰ ਹੋ ਤਾਂ ਫੋਨ 'ਤੇ ਗੱਲ ਕਰਕੇ ਕੋਈ ਕੁਰੀਅਰ 'ਤੇ ਦਵਾਈਆਂ ਮੰਗਾ ਸਕਦੇ ਹੋ ਡਾਕਟਰ ਚੌਧਰੀ ਸਾਡੇ ਦਰਸ਼ਕਾਂ ਨਾਲ ਗੱਲਬਾਤ ਕਰਨ ਲਈ ਸਾਡੇ ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਐਡਵਾਈਸ ਹੋਮਿਓਪੈਥੀ ਵਿਦ ਡਾਕਟਰ ਚੌਧਰੀ ਦੇ ਅਗਲੇ ਐਪੀਸੋਡ ਵਿੱਚ ਅਗਲੇ ਹਫ਼ਤੇ ਤੁਹਾਨੂੰ ਫਿਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ